بسم اللہ الرحمن الرحیم السلام علیکم ناظرین پروگرام ہے اوالے اسلام آباد میں تصا مذبان میزبان آسم ریاض ناظرین میں موجود ہاں اج اسلام آباد نے علاقے چنگ سیدہ نے اندر اور علاقہ ہے جی اسلام آباد نا اور اس علاقے نے اگر گل کی جب تو اس علاقے کے اندر جس گراؤنڈ اندر میں موجود ہیں یہ یقینی گراؤنڈ ہے اور لیکن یہ یقینا جڑا گراؤنڈ ہے یہ کچھ لوگاں اپنی مدد آپ نے تحت اس کی سیٹ کیتا اور جبکہ سی ڈی اے نہیں ڈومین ہے لیکن سی ڈی اے نہیں حالت ہے ਕਿਸ ਗਰਾਊਂਡ ਦੀ ਸੁਹਾਲਤ ਤੱਕੀ ਕਿ ਨੋ ਇਸ ਗਰਾਊਂਡ ਦੇ ਅੰਦਰ ਜਿਹੜੇ ਮੇਰੇ ਅਕਬ ਵੀ ਤੁਸਾਂ ਕੀ ਜਵਾਨ ਨਜ਼ਰ ਆ ਰਹੇ ਇਸ ਮੁਲਕ ਦਾ ਮਸਤਕਬਲ ਹੈ ਇਹ ਕੱਲ ਇਸ ਮੁਲਕ ਦੇ ਅੰਦਰ ਜਿਹੜਾ ਨਾ ਆਕੀ ਨਹੀਂ ਦੁਨੀਆ ਚ ਪਾਕਿਸਤਾਨ ਦਾ ਨਾਮ ਰੋਸ਼ਨ ਕਰਨ ਉਸ ਹੈ ਕੋਸ਼ਾਂ ਹੈ ਔਰ ਪੇਸ਼ ਪੇਸ਼ ਹੈ ਲੇਕਿਨ ਅਫਸੋਸ ਦਾ ਮਕਾਮ ਹੈ ਕਿ ਇਸ ਗਰਾਊਂਡ ਦੀ ਹਾਲਤ ਜ਼ਾਰ ਤਕੀਕ ਹੈ ਮਤਲਬ ਹੈ ਕਿ ਦੁੱਖ ਵੀ ਹੋਣਾ ਔਰ ਤਕਲੀਫ ਵੀ ਹੋਣੀ ਨਾ ਨੌਜਵਾਨ نسل ਜਿਹੜੀ ਹੈ ਉਹ ਖੇਲਾ ਨਹੀਂ ਤਰ੍ਹਾਂ ਰਾغب ਹੋਇਆ ਤੇ ਬੜੀ ਖੁਸ਼ਾਇੰਦ ਗਾਲੀ ਕਿਉਂਕਿ ਅੱਜ ਕੱਲ ਨਾ ਜਿਹੜਾ ਸਾਡਾ ਮੁਹਾਸ਼ਰਾ ਆ ਔਰ ਦੂਸਰਾ ਬੰਦਾ ਜਿਹੜਾ ਹੈ ਉਹ ਨਸ਼ੇ ਨਹੀਂ ਹਾਲਤ ਵਿੱਚ ਅਸਾਂ ਕੀ ਨਜ਼ਰ ਰਛਣਾ ਔਰ ਸਪੈਸ਼ਲੀ ਨੌਜਵਾਨ ਨਸਲ ਜਿਹੜੀ ਹੈ ਉਹ ਤਬਾਈ ਨੇ ਧਾਨੇ ਨਹੀਂ ਤਰਫ ਜਾ ਰਹੀ ਲੇਕਿਨ ਖੁਸ਼ਕਿਸਮਤੀ ਹੈ ਕਿ ਇਸ ਇਲਾਕੇ ਦੇ ਅੰਦਰ ਜਿਹੜੇ ਬੱਚੇ ਹੈ ਉਹ ਖੇਲਾ ਨਹੀਂ ਤਰਫ ਆਪਣੇ ਆਪ ਕੀ ਰਾਗਬ ਕਰਨੇ ਦੀ ਕੋਸ਼ਿਸ਼ ਕਰਨੇ ਔਰ ਗਰਾਊਂਡ ਦੇ ਅੰਦਰ ਮੇਰੇ ਅੱਕਾ ਵੀ ਤੁਸੀਂ ਤੱਕ ਹੀ ਸਕਣੇ ਹੋ ਕਿ ਕਿਸ ਤਰ੍ਹਾਂ ਨੌਜਵਾਨ ਬੱਚੇ ਜਿਹੜੇ ਹੈ ਇੱਥੇ ਆ ਕੇ ਖੇਡਨੇ ਹਾਲਾਂਕਿ ਇਸ ਗਰਾਊਂਡ ਨਹੀਂ ਹਾਲਤ ਨਹੀਂ ਆ ਕੇ ਖੇਡਨੇ ਨਹੀਂ ਲੇਕਿਨ ਇਹ ਬੱਚੇ ਇਸ ਗਰਾਊਂਡ ਦੇ ਅੰਦਰ ਮੌਜੂਦ ਹੈ ਇਹਨਾਂ ਬੱਚਿਆਂ ਨੇ ਵਰਪੂਰ ਖੁਆਇਸ਼ ਪਰ ਅਸਾਂ ਇਸ ਇਲਾਕੇ ਦੇ ਅੰਦਰ ਆਏ ਆ ਇਹਨਾਂ ਅਸਾਂ ਨਾਲ ਰਾਬਤਾ ਕੀਤਾ ਕਿ ਜੀ ਅਸਾਂ ਨਾਲ ਵੀ ਪ੍ਰੋਗਰਾਮ ਇੱਥੇ ਕਰੋ ਤਾਂ ਕਿ ਸਾਡਾ ਇੱਕ ਗਰਾਊਂਡ ਜਿਹੜਾ ਇਹ ਬੇਤ ਰਹੀ ਜਾਵੇ ਇਹ ਇੰਟਰਨੈਸ਼ਨਲ ਲੈਵਲ ਜਾਂ ਨੈਸ਼ਨਲ ਲੈਵਲ ਦਾ ਗਰਾਊਂਡ ਬਣ ਜੁਲੇ ਤਾਂ ਕਿ ਅਸਾਂ ਇੱਥੇ ਪ੍ਰੈਕਟਿਸ ਕਰੀ ਕੇ ਕੱਲ ਮਲਕੀ ਸਤਾ ਪਰ ਜਾਂ ਇੰਟਰਨੈਸ਼ਨਲ ਸਤਾ ਪਰ ਇਸ ਮੁਲਕ ਦਾ ਨਾਮ ਰੋਸ਼ਨ ਕਰਨੇ ਚ ਆਪਣਾ ਕਿਰਦਾਰ ਅਦਾ ਕਰ ਸਕਿਆ ਮੈਂ ਨਾਜ਼ਰੀਨਾਂ ਅੱਜ ਆਪਣੇ ਪ੍ਰੋਗਰਾਮ ਦੇ ਅੰਦਰ ਇਹਨਾਂ ਬੱਚਿਆਂ ਨਾਲ ਵੀ ਗੱਲ ਕਰਸਾਂ ਇਸ ਗਰਾਊਂਡ ਦੀ ਜਿਹੜੀ ਇੰਜ਼ਾਮੀਆਂ ਉਹਨਾਂ ਨਾਲ ਵੀ ਗੱਲ ਕਰ ਕਿ ਸੀਡੀਐਸ ਉਪਰ ਨੋਟਿਸ ਕਿਨ ਹੈ ਕਿਉਂਕਿ ਅਗਰ ਗੱਲ ਕੀਤੀ ਜਾਵੇ ਪੰਜਾਬ ਨਹੀਂ ਔਰ ਸ਼ਹਿਰ ਇਕਤਦਾਰ ਨਹੀਂ ਸ਼ਹਿਰ ਇਕਤਦਾਰ ਦੇ ਅੰਦਰ ਖੇਲੋਂ ਖੇਲਾ ਨੇ ਫਰੋਗ ਹਸਤਾ ਹੈ ਜਾਦਾ ਕੰਮ ਹੋਣਾ ਚਾਹੀਦਾ ਬਨਿਸਬਤ ਪੰਜਾਬ ਨੇ ਲੇਕਿਨ ਅਸਾਂ ਦੇਖਿਆ ਕਿ ਪੰਜਾਬ ਨੇ ਅੰਦਰ ਔਰ ਫਿਰ ਸਪੈਸ਼ਲੀ ਗੱਲ ਕੀਤੀ ਜਾਵੇ ਹਾਕੀ ਨਹੀਂ ਤੇ ਹਾਕੀ ਸੜਾ ਕੋਮੀ ਖੇਲ ਹੈ ਲੇਕਿਨ ਅਗਰ ਕੋਮੀ ਖੇਲ ਨੇ ਜਿਹੜਾ ਅਸਾਂ ਦਾ ਮਸਤਕਬਲ ਆ ਅਗਰ ਇਸ ਤਰ੍ਹਾਂ ਇਸ ਤਰ੍ਹਾਂ ਨਾ ਗਰਾਊਂਡਾਂ ਚ ਪ੍ਰੈਕਟਿਸ ਕਰਸਨ ਤਾਂ ਕੱਲੋ ਫਿਰ ਕਹਿ ਕਰਸਨ ਗਰੀਬ ਇਹ ਵੀ ਗਵਰਨਮੈਂਟ ਦੀ ਸੋਚਣਾ ਹੋਸੀ ਔਰ ਸਪੈਸ਼ਲੀ ਜਿਹੜੇ ਸ਼ਹਿਰ ਇਕਤਦਾਰ ਅਸਾਂ ਸ਼ਹਿਰ ਇਕਤਦਾਰ ਨੇ ਅੰਦਰ ਖਲਤੇ ਆ ਮਤਲਬ ਕਿਸੇ ਐਸੇ ਇਲਾਕੇ ਜਨਾ ਆ ਕਿ ਜਿਹੜਾ ਇਲਾਕਾ ਸ਼ਹਿਰ ਇਕਤਦਾਰ ਤੋਂ ਕੋਸੋਂ ਦੂਰ ਆ 2 ਤਰ੍ਹਾਂ ਕਿਲੋਮੀਟਰ ਨਹੀਂ ਤੇ 5 ਨਹੀਂ ਤੇ 7 ਕਿਲ ਸ਼ਹਿਰ ਇਕਤਿਹਾਰ ਸ਼ੁਰੂ ਹੋਇਆ ਜੁਨਾ ਕਿ ਸ਼ਹਿਰ ਇਕਤਿਹਾਰ ਨੇ ਜਿਹੜੇ ਇਵਾਨ ਨੇ 20 ਮਿੰਟ ਦੀ ਦੂਰੀ ਪਰੇ ਉਸਨੇ ਮੌਜੂਦੀ ਹਾਲਤ ਇਸ ਗਰਾਊਂਡ ਦੀ ਜਿਹੜੀ ਹੈ ਉਹ ਇਹਨਾਂ ਕੀ ਨਕ ਚੜਾਣੀ ਪਈ ਤਾਰਕ ਫਜ਼ਲ ਚੌਧਰੀ ਸਾਹਿਬ ਨਾਲ ਇਹ ਇਲਾਕਾ ਸਾਰੋਂ ਪਹਿਲੇ ਵੀ ਦੋ ਦਫਾ ਇਥੋਂ ਮੁਂਤਖਬ ਹੋਏ ਤਰੀ ਦਫਾ ਫਿਰ ਇਕਤਦਾਰ ਚੇ ਲੇਕਿਨ ਖੇਲਾਣੇ ਵਾਲੇ ਨਾਲ ਅਜ ਤੱਕ ਉਹਨਾਂ ਨਾਲ ਕਿਸੇ ਕਿਸਮ ਨਾਲ ਕੋਈ ਅਨਸਰ ਜੜਾ ਉਹ ਸਾਹਮਣੇ ਨਹੀਂ ਆਇਆ ਇਹ ਤਮਾਮਰ ਚੀਜ਼ਾਂ ਆਪਣੇ ਇਸ ਪ੍ਰੋਗਰਾਮ ਦੇ ਅੰਦਰ ਅਸੀਂ ਡਿਸਕਸ ਕਰਸਾਂ ਹਮੇਸ਼ਾ ਨਹੀਂ ਤਰ੍ਹਾਂ ਮੀਸੋ ਨਾਲ ਸਾਥ ਚਾਹੀਦਾ ਹਸੀ ਮਾਰੇ ਨਾਲ ਰਿਹਾ ਹੈ ਅਜੀ ਬਿਲਕੁਲ ਨਾਜ਼ਰੀਨ ਮੈਂ ਤੁਹਾਨੂੰ ਕੀ ਦੱਸਿਆ ਸਾ ਕਿ ਜੀ ਮੈਂ ਚੰਗਸ ਸੈਦਾ ਇਹ ਇਲਾਕਾ ਆ ਇੱਥੇ ਇਸ ਗਰਾਊਂਡ ਦੇ ਅੰਦਰ ਮੌਜੂਦ ਹੈ ਆ ਕੀ ਗਰਾਊਂਡ ਹੈ ਇਸ ਇਲਾਕੇ ਦੀ ਜਿਹੜੀ ਇੰਤਜ਼ਾਮੀਆਂ ਹੀ ਆ ਕੀ ਨਹੀਂ ਮੇਰੇ ਨਾਲ ਮੌਜੂਦ ਹੈ ਇਨਾਂ ਨਾਲ ਗੁਫ਼ਤਗੂ ਕਰਸਾਂ ਇਹਨਾਂ ਕੋਲ ਇਸ ਗਰਾਊਂਡ ਦੀ ਹਾਲਤ ਜ਼ਾਰ ਨੇ ਬਾਰੇ ਵੀ ਪੁੱਛਾਂ ਫਿਰ ਇਹ ਵੀ ਪੁੱਛਾਂ ਕਿ ਹਕੂਮਤੀ ਸੱਤਾ ਤੋਂ ਇਹਨਾਂ ਕੀ ਸਪੋਰਟ ਹੈ ਜਾਂ ਸੀਡੀਏ ਦੀ ਜਾਨੇ ਤੂੰ ਕੈਸ ਸਪੋਰਟ ਹੈ ਉਹ ਸਾਰਾ ਕੁਝ ਨਜ਼ਰ ਆ ਰਿਹਾ ਸਾਨੂੰ ਲੇਕਿਨ ਫਿਰ ਵੀ ਇਹਨਾਂ ਦੀ ਜ਼ੁਬਾਨੀ ਅਸੀਂ ਪੁੱਛਾਂ ਕਿ ਹਾਲਾਤ ਇਸ ਤਰ੍ਹਾਂ ਕਿਉਂ ਹੈ ਕਿਆ ਵਜ੍ਹਾ ਹੈ ਕਿਉਂ ਇਸ ਗਰਾਊਂਡ ਦੀ ਜਿਹੜਾ ਹੈ ਉਹ ਨੈਸ਼ਨਲ ਸੱਤਾ ਪਰ ਜਿਹੜਾ ਹੈ ਅਗਰ ਨਹੀਂ ਕਰੀ ਸਕਣੇ ਐਟਲੀਸਟ ਇਤਨਾ ਕੰਸਰਨ ਕਿ ਇਹ ਬੱਚੇ ਜਿਹੜੇ ਹੈ ਤਾਂ ਸਹੀ ਕਰੀ ਕਾ ਆਕੀ ਖੇਡੀ ਸਕਣ ਬਾਈ ਮੇਰੇ ਨਾਲ ਮੌਜੂਦ ਇਹਨਾਂ ਨਾਲ ਗੱਲ ਕਰਸਾਂ ਇਨਨਾਲੀ ਸੁਬਾਤ ਕਰਸਾਂ ਪਹਿਲੇ ਸੁਨਨ ਕਰਸਾਂ ਠੀਕ ਹੈ ਸਰ ਉਸ ਤੋਂ ਬਾਅਦ ਵਾਰੀ ਵਾਰੀ ਸਾਰਿਆਂ ਨਾਲ ਕਰਸਾਂ ਠੀਕ ਹੈ ਜੀ ਸਰ ਅਸਲਾਮੁਅਲੈਕਮ ਵਾਲੇ ਸਲਾਮ ਜੀ ਕਿ ਨਹਾ ਸਰ ਜੀ ਸਰ ਰਾਜਾ ਅਬਦਲ ਗਦੀਰ ਨਾਮ ਮੇਰਾ ਨੈਸ਼ਨਲ ਹਾਕੀ ਕੋਚ ਆ ਮਾਸ਼ਾਅੱਲਾ ਨੈਸ਼ਨਲ ਹਾਕੀ ਕੋਚ ਹੋ ਸਰ ਬੜੀ ਅੱਛੀ ਗੱਲ ਈ ਤੁਸਾਂ ਨੈਸ਼ਨਲ ਹਾਕੀ ਕੋਚ ਹੋ ਸਭ ਤੋਂ ਪਹਿਲੇ ਮੇਰਾ ਤੁਸਾਂ ਲੈ ਸਵਾਲ ਆ ਮਾੜੀ ਗੱਲਰੋਂ ਨਰਾਜ਼ ਨਹੀਂ ਹੋਣਾ ਬਿਲਕੁਲ ਜੀ ਜੀ ਇਸ ਗਰਾਊਂਡ ਦੇ ਅੰਦਰ ਜਿਹੜੀ ਇਸ ਟੈਮ ਹਾਲਤ ਹੈ ਉਹ ਹਾਕੀ ਖੇਡਣੇ ਲਈ ਨਹੀਂ ਠੀਕ ਹੈ ਇਸ ਨਹੀਂ وجہ ਕਿਹਾ ਸਰ ਇਸ ਨਹੀਂ وجہ ਇਹ ਆ ਕਿ ਹਕੂਮਤ ਹੀ ਨਾ ਈ ਹੈ ਸਰਤ੍ਰੇ ਐਮ ਐਨ ਐਵੀ ਫਾਰਮ 34 ਸੱਚ ਬੋਲਾਂ ਜੇ ਮੈਂ ਕਿਹੜਾ ਕਿਸਾਨ ਚੋਰ ਹਾਂ ਤੋ ਇਹ ਗਰਾਊਂਡ ਬਣਿਆ ਜਦ ਮਸ਼ਰਫ ਦੋਰੀ ਚ ਮੈਂ ਖੁਦ ਸਿਟੀ ਸਕੂਲ ਆ ਕੀ ਕੋਚ ਰਹਾ ਤਾਬਾ 37 ਸਪੋਰਟ ਕੋਆਰਡੀਨੇਟਰ ਹੈ ਇਹਨੇ ਮੈਨੂੰ ਜਾਬ ਦਿੱਤੀ ਸੀ ਫਰਿਸ਼ਤੇ ਮੇਰੇ ਸੇ ਬਣੇ ਸੇ ਔਰ ਇਹ ਮਸ਼ਰਫ ਦੋਰੀ ਬਣਿਆ ਕਮਰਾਨ ਅਸ਼ਾਰੀ ਸਾਹਿਬ ਮੁਸਫੀਨ ਕਾਜ਼ਮੀ ਸਾਹਿਬ ਆਏ ਉਹਨੇ ਮੈਂ ਅਜ ਗਰਾਊਂਡ ਚੈਨਾ ਚੰਗ ਸੇ ਦਾ ਸਕੂਲ ਗਰਾਊਂਡ ਹੀ ਖੇਡਣਾ ਤੁਮੇ ਮੈਟਰ ਕਿਦੀ 92 ਬਾਕੀ ਜਿੱਤੇ 93 ਐਮ ਐਨ ਐਵੀ ਰਾਜਾ ਫੁਰਮ ਸਾਹਿਬ ਡਾਕਟਰ ਅਫzal ਚੌਹੀ ਸਾਹਿਬ ਤਰੇ ਦਫਾ ਐਮ ਐਨ ਐਵੀ ਔਰ ਤੀਸਰੇ ਮੈਨੇ ਕਿਹੜਾ ਜੀ ਤੇ ਅਕੀਲ ਅੰਜਮ ਮੇਰੇ ਖਿਆਲ ਵਿੱਚ ਔਰ ਸਾਰੇ ਤੂੰ ਗੁਜ਼ਰ ਕੇ ਜਾਣੇ ਗਰਾਊਂਡ ਦਾ ਦੇਖਣੇ ਇੱਕ ਸਾਈਡ ਬੂਟੀ ਅਸਾਂ ਆਫ ਗਰਾਊਂਡ ਗੇਮ ਕਰ ਰਹੇ ਆ 50 ਮੀਟਰ ਗੇਮ ਕਰ ਰਹੇ ਆ ਬੱਚੇ ਆਪਣੀ ਮਦਦ ਆਪਣੇ ਤੇ ਤਲਵਾਰ ਚਲਾਣੇ ਔਰ ਸੀਡੀਏ ਨੇ ਮਸ਼ੀਨ ਕੀ ਦਸਨੇ ਆ ਕੋ 15 ਦਿਨ 20 ਦਿਨਾਂ ਬਾਅਦ ਆ ਰਹੀ ਇਹ ਵੀ ਮਿਹਰਬਾਨੀ ਆ ਸੀਡੀਏ ਨੇ ਸਪੋਰਟ ਡਾਇਰੈਕਟਰ ਨੇ ਜਾਂ ਇੰਤਜ਼ਾਮੀਆਂ ਨੇ ਕਾਲ ਕਰਸਾਂ ਅਗਲੇ ਹਫਤੇ ਆਸੀ ਅਗਲੇ ਚੇਅਰਮੈਨ ਆ ਵਿਜ਼ਿਟ ਹੋ ਰਿਹਾ ਬੜੀ ਲੇਟ ਉਹ ਮਸ਼ੀਨ ਟਰੈਕਟਰ ਆਣਾ ਇਹ ਮਿਹਰਬਾਨੀ ਆ ਉਹਨਾਂ ਨੇ ਬਾਕੀ ਐਮਐਨਏ ਕਿਸੇ ਪਰਵਾਹ ਨਹੀਂ ਜੀ ਇਸ ਤੋਂ ਪਹਿਲੇ ਤਰੇਦ ਜੀ ਨੇ ਮਿਹਰਬਾਨੀ ਕਿਸੇ ਚੀਜ਼ ਨਹੀਂ ਹੈ ਕਿ 15 ਦਿਨ ਬਾਅਦ ਮਸ਼ੀਨ ਭੇਜੀ ਸੜ ਮਸ਼ੀਨ ਆ ਮਹੀਨੇ ਬਾਅਦ ਮਸ਼ੀਨ ਆਣੀ ਸਾਨੂੰ ਮਿਹਰਬਾਨੀ ਹੈ ਉਹਨਾਂ ਨੇ ਇਹ ਉਹਨਾਂ ਦੀ ਮਿਹਰਬਾਨੀ ਹੈ ਅਗਰ ਮਹੀਨੇ ਬਾਅਦ ਵੀ ਨਹੀਂ ਆਇਆ ਤੇ ਹਾਫ ਗਰਾਉਂਡਾ ਗੇਮ ਕਰਨੇ ਪਿਆ ਤੇ ਬਾਕੀ ਗਰਾਉਂਡ ਸੇ ਪਤਾ ਜੰਗਲ ਬਨ ਜਾ ਸੀ ਸਾਵਣ ਸਾਵਣ ਪਾਦਰਾਜ ਕੀ ਆਣੇ ਪਠਵਾਰੀ ਵਿੱਚ ਬਾਕੀ ਤਰੇਦ ਵਾ ਨਵਾਜ਼ ਖੋਕਰ ਸਾਹਿਬ ਐਮ ਐਨ ਰੇ ਤੋਂ ਉਸ ਤੋਂ ਬਾਅਦ ਦੋ ਦਵਾ ਨੀਰ ਬਖਾਰੀ ਹੋ ਰੇ ਤਰੇਦ ਆ ਡਾਕਟਰ ਤਾਰਕ ਸਾਹਿਬ ਐਮ ਐਨ ਰੇ ਮੈਨ ਰੋਡ ਅਲਤਰਾ ਰੋਡ ਲੱਖਾਂ ਨਿਬਾਦੀ ਗੁਜ਼ਨੀ ਕੌਮੀ ਖੇਲ انہیں پتا کو کھیلا رب میری اللہ نے شکر ہے سارے میں نے بہت چی دعا سلامی کیونکہ پچاسی میرے معمول الیکشن لڑے نہ سارے پتا سلام خالی دعا سلامی ہے اور نیر بخاری صاحب کے بعد چاہے پچاسی جے لنکن ہویا میرے معمول لڑیا زفر شاہ مقابلے اور کھوکھر سال مقابلے میں حاجی میں منوال کوکر سال مقابلے میں اور جب ٹھاسی لکشن ہوئے راجہ پرویز صاحبے فلگر گرے نے انہیں پہلے لکشن لڑیا ਉਸ ਸੁਬਾ ਨੀਅਰ ਬਖਾਰੀ ਸਾਹਿਬ ਕੱਲ ਆਏ ਡਾਕਟਰ ਤਾਰਫ ਸਾਹਿਬ ਆਏ ਰਾਜਾ ਫਰਮ ਸਾਹਿਬ ਕੱਲ ਆਏ ਮਤਲਬ 3 ਹਜ਼ਾਰ ਦਾ ਐਮ ਐਨ ਏ ਬਣੇ ਸਰ ਇਹ ਤੋਂ ਸੁਬਾ ਸ਼ਾਮ ਨੰਗਣੇ ਉਹਨੇ ਨਹੀਂ ਪਤਾ ਕਿ ਦੀ ਰਾ ਕੀ ਗਰਾਉਂਡ ਆ ਰਾਜੇ ਕਦੀਰ ਮਨਜ਼ੂਰ ਕਰਾਇਆ ਅੱਲਾ ਦੀ ਮਦਦ ਮੇਂ ਕੁਝ ਵੀ ਨਾ ਦੇ ਲਾਗੇ ਸਿਟੀ ਨੇ ਕੋਈ ਮਾਸਟਰ ਪਲਾਨ ਨਹੀਂ ਨਾ ਪਾਰਕ ਨਾ ਨਾ ਗਰਾਉਂਡ ਨਾ ਨਾ ਮਾਡਰ ਵਿਲਜ ਨਾ ਨੀਅਰ ਬਖਾਰੀ ਸਾਹਿਬ ਮੁਲਕ ਦੇ ਸਦਰ ਕਹਿ ਮਕਾਮ ਸਦਰ ਚੇਅਰਮੈਨ ਸਨੜੇ ਉਹ ਕੰਮ ਨਹੀਂ ਕਰ ਸਕੀ ਉਹਨੇ ਐਨ ਐਮ ਐ ਨੇ ਕਿ ਸੋਚਾ ਜਨੇ ਰਿਹਾ ਇੱਕ ਗਰਾਉਂਡ ਆ ਇੱਥੇ ਜਨਾਜ਼ੇ ਲੋਕ ਪੜਨੇ ਇਹ Eidgah ਹੀ ਹੈ ਇੱਥੇ ਮਹਿਫਿਲਾਂ ਨਾਤੂਣੀ ਇੱਥੇ ਲੋਕ ਵਲੀਮੇ ਕਰਨੇ ਔਰ ਹਾਕੀ ਗਰਾਊਂਡ ਵਿੱਚ ਅਸਾਂ ਬਾਦ ਰੱਖਿਆ ਹੋਇਆ ਇਹ ਸਾਰਾ ਸਾਰ ਸਭ ਤੋਂ ਪਹਿਲੇ ਮੈਂ ਸ਼ੁਕਰੀਆ ਅਦਾ ਕਰਨਾ ਚਾਹੀਦਾ K2 ਨਾ K2 TV ਨਾ న్యూਜ਼ ਨਾ ਪੂਰੀ ਟੀਮ ਨਾ ਜਿੰਨੇ ਸਾਰੇ ਬੰਦੇ ਆ ਕੈਮਰਾਮੈਨ ਤੁਸੀਂ ਸਾਰੇ ਆਇਓ ਸ਼ਾਹ ਸਾਹਿਬ ਆ ਬਈ ਸ਼ੁਕਰੀਆ ਅਦਾ ਕਰਨਾ ਕਿ ਤੁਸੀਂ ਕੋਮੀ ਖੇਲ ਵਿੱਚ ਕੀਮਤੀ ਟਾਈਮ ਕੱਢਿਆ ਮੈਂ ਪੂਰੀ ਸ਼ਿਬਾਹ ਸੀਨੀਅਰ ਅਕੈਡਮੀ ਕਦੀਰ ਅਕੈਡਮੀ ਦਾ ਸ਼ੁਕਰੀਆ ਅਦਾ ਕਰਨਾ ਤੇ ਬਾਕੀ ਸਾਰਾ ਗਰਾਊਂਡ ਦੇਖ ਲਓ ਆਫ ਗਰਾਊਂਡ ਹੀ 50 ਮੀਟਰ ਗੇਮ ਕਰਨੇ ਪਿਆ ਰਾਜਾ ਸਾਹਿਬ ਮੀ ਇਹ ਦੱਸੋ ਕਿ ਫਿਰ ਤੁਸਾਂ ਨਹੀਂ ਜਿਹੜੀ ਦੁਆ ਸਲਾਮੀ ਸਾਰਿਆਂ ਨਾਲ ਇਤਨੀ ਅੱਛੀ ਉਹ ਕਿਸ ਕੰਮ ਆਣੀ ਹੈ ਜੀ ਇਹ ਬਸ ਰਾਜਾ ਸਾਹਿਬ ਰਾਜਾ ਸਾਹਿਬ ਹੀ ਚੱਲਨੀ ਬਸ ਚੌਧਰੀ ਸਾਹਿਬ ਚੌਧਰੀ ਸਾਹਿਬ ਕੰਮ ਕਰਨਾ ਕਾਦੀਆਜ਼ਮ ਨਫਰ ਮਹਾਨਾ ਕੰਮ ਕੰਮ ਔਰ ਬਸ ਕੰਮ ਉਹ ਕੋਮਾ ਤਰੱਕੀ ਕਰਨੀਆਂ ਜਿਹੜੀਆਂ ਅੱਗੇ ਨਿਕਲੀਆਂ ਕੰਮ ਕਰਨੀਆਂ ਇਹ ਸਾੜੇ ਕੋਮ ਸਾੜੇ ਐਮਐਨਏ ਕੰਮ ਨਹੀਂ ਕਰ ਸਕਣੇ ਬੇਸ਼ੱਕ ਨਰਾਜ਼ ਨੇ ਸਾੜੇ ਐਮਐਨਏ ਆਖਣੇ ਸਾੜੇ ਐਮਐਨਏ ਆਖਣੇ ਲਾਰੇ ਲਾਰੇ ਔਰ ਬਸ ਲਾਰੇ ਇਹ ਬਿਲਕੁਲ ਤੁਸਾਂ ਬਿਆਣਾ ਲਾਰੇ 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 ਇਹ ਇਹ ਆਣੇ ਕਚਹਿਰੀਆਂ ਥਾਣੇ ਨੇ ਕੰਮ ਕਰਾਓ ਕੋਈ ਹੋਰ ਕੰਮ ਕਰਾਓ ਕੋ ਕਬਜ਼ੇ ਨੇ ਕੰਮ ਗਾਸਾਂ ਕੇ ਕਬਜ਼ਾ ਕਰਨਾ ਆਸਾਂ ਕੇ ਲੜਾਈਆਂ ਕਰਨੀਆਂ ਸਾਰੀ ਜ਼ਿੰਦਗੀ ਹਾਕੀ ਖੇੜੀ ਖੜਾਈ ਔਰ ਕਦੀਰ ਹਾਕੀ ਅਕੈਡਮੀ ਮਨਸ਼ੂਰ ਆ ਹਾਕੀ ਖੇਲੋ ਹਾਕੀ ਖਲਾਓ ਪਾਕਿਸਤਾਨ ਕੇ ਕੋਮੀ ਖੇਲ ਕੋ ਅਗੇ ਬੜਾਓ 20 ਸਾਲ ਪਹਿਲੇ ਮੇਰੇ ਦੋ ਕਜ਼ਨ ਆਰਮੀ ਕਲਰ ਰਹੇ 24 ਸ਼ਾਇਦ 24 ਸਵੇਲ ਬਾਕੀ ਨੈਸ਼ਨਲ ਲੈਵਲ ਕਮਸ ਕਮ 200 ਪਲੇਅਰ ਮੇਰੇ ਖੇੜੇ ਇਹ ਸੋਨੀ ਅਕੈਡਮੀ ਇਸ ਅਕੈਡਮੀ ਦੇ ਅੰਦਰ ਕਿਤਨੇ ਬੱਚੇ ਆ ਜੀ ਜਿਹੜੇ ਹਾਕੀ ਖੇਡਨੇ ਹਾਲਤ ਦੀ ਨਹੀਂ ਗਰਾਊਂਡ ਨਹੀਂ ਤੇ ਕਿਸ ਤਰ੍ਹਾਂ ਹਾਲਾ ਕਿ ਮੈਂ ਅਗਰ ਜ਼ਿਕਰ ਕਰਾਂ ਨਾਜ਼ਰੀਨ ਤੇ ਸਾਹਮਣੇ ਪੰਜਾਬ ਹੈ اور راولپنڈی نہیں اگر گھر کراتا ہے انیف عباسی صاحب ਉਥੋਂ ਮੈਂ ਨੇ ਰਹਿਤਾ ਤਰੇ ਗਰਾਊਂਡ ਉਹਨਾਂ ਬਣਵਾਏ ਜੀ ਅਸ਼ਮਤ ਅਲੀ ਕਾਲਜ ਦਾ ਗਰਾਊਂਡ ਜਿਹੜਾ ਆ ਉਸकी ਫਲਡ ਲਾਈਟ ਕੀਤਾ ਡਿਗਰੀ ਕਾਲਜ ਦਾ ਜਿਹੜਾ ਗਰਾਊਂਡ ਆ ਸੈਟਲਾਈਟ ਟਾਊਨ ਉਸकी ਫਲਡ ਲਾਈਟ ਕੀਤਾ ਜਿਹੜਾ ਉਸਨੇ ਨਾਲ ਪਰ ਹੈ ਮੁਸਲਮ ਗਰਾਊਂਡ ਆ ਉਸकी ਫਲਡ ਲਾਈਟ ਉਸਨੇ ਨਾਲ ਨਾਲ ਨਾਜ਼ਰੀਨ ਬੜੀ ਆਮ ਗੱਲ ਹੈ ਜੇ ਅਗਰ ਇਹ ਗੱਲ ਨਾ ਕਰਾਂ ਤਾਂ ਜ਼ਿਆਤੀ ਹੋ ਸੀ ਇੱਕ ਤਰਫ ਪੰਜਾਬ ਹੈ ਇੱਕ ਤਰਫ اسلامਬਾਦ ਹੈ اسلامਬਾਦ ਵਿੱਚ ਜ਼ਿਆਦਾ ਕੰਮ ਹੋਣੇ ਚਾਹੀਨੇ ਲੇਕਿਨ ਅਫਸੋਸ ਨਾ ਮਕਾਮ ਹੈ ਕਿ اسلامਬਾਦ ਕੀ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਉਧਰ ਹਨੀਫ ਵਸਖ ਸ਼ੇਖ ਸ਼ਨਾਜ਼ ਹਾਕੀ ਸਟੇਡੀਅਮ ਬਣਾਇਆ ਜਿਸਨੀ ਆਸਟ੍ਰੋ ਟਰਾਫ ਜਿਹੜੀ ਹੈ ਆਲੰਡ ਤੋਂ ਮੰਗਵਾਈ ਗਈ ਉਥੇ ਨੇ 라ਵਲਪਿੰਡੀ ਨੇ ਬੱਚਿਆਂ ਵਾਸਤੇ ਉਹਨਾਂ ਕੀ ਇੱਕ ਇੰਟਰਨੈਸ਼ਨਲ ਲੈਵਲ ਦਾ ਗਰਾਊਂਡ ਮੁਹੱਈਆ ਕੀਤਾ ਗਿਆ ਤੇ ਜਿੱਥੇ ਉਹ ਹਾਕੀ ਖੇਡਣ ਔਰ ਕੱਲ ਇਸ ਮੁਲਕ ਦਾ ਨਾਮ ਰੋਸ਼ਨ ਕਰਨ ਲੇਕਿਨ ਅਫਸੋਸ ਨਾ ਮਕਾਮ ਆ ਕਿ ਤਾਰਕ ਫਜ਼ਲ ਚੌਧਰੀ ਸਾਹਿਬ ਇਸ ਇਲਾਕੇ ਚੋਂ ਤਰੀ ਦਫਾ ਐਮਐਨਏ ਮੁੰਤਖਬ ਹੋਏ ਸਾਢੇ 3 ਸਾਲ ਖੁਰਮ ਨਵਾਜ਼ ਸਾਹਿਬ ਰਹੇ ਅੱਜ ਫਿਰ ਐਮਐਨਏ ਆ ਉਹ ਦੁਬਾਰਾ ਲੇਕਿਨ ਅਫਸੋਸ ਇਹ ਆ ਕਿ ਇਹ ਬੱਚੇ ਅੱਜ ਵੀ ਚਿਕੜੇ ਵਿੱਚ ਗਾਰੇ ਵਿੱਚ ਤਾਂ ਮਤਲਬ ਹੈ ਗਰਾਊਂਡ ਦੇ ਅੰਦਰ ਕਾਹ ਪਰ ਇਹ ਪ੍ਰੈਕਟਿਸ ਕਰਨੇ ਪਰ ਮਜਬੂਰ ਹੈ ਇਹ ਇੱਕ ਬਹੁਤ ਬੜਾ ਸਵਾਲੀਆ ਨਿਸ਼ਾਨ ਆ ਜੀ ਜੀ ਅਸੀਂ ਕੋਈ ਸ਼ੱਕ ਨਹੀਂ ਸਰ ਤੇ ਡਾਕਟਰ ਤਾਰਾ ਸਾਹਿਬ ਨੇ ਮੈਸੇਜ ਦੇਣਾ ਵਾ ਕਿ ਡਾਕਟਰ ਸਾਹਿਬ ਮਿਹਰਬਾਨੀ ਕਰੋ ਤੁਸੀਂ ਪਤਾ ਵੀ ਆ ਇੱਥੇ ਜਨਾਜ਼ਾ ਆ ਕੇ ਪੜਨੇ ਕੇਂਦਵਾਨੇ ਜੀ ਆਓ ਚਾਹ ਪਾਣੀ ਕਦੀਰ ਸਾਹਿਬ ਆਓ ਮੇਰੇ ਦਫ਼ਤਰ ਕਰੋ ਚੱਕਸਾਦ ਕਿੰਜ ਚਲੇ ਜਾਣੇ ਆ ਕਿ ਤੇ ਜ਼ਿਆਦਾ ਤਾਂ ਨਹੀਂ ਜਾਣੇ ਕਿ ਮੈਂ ਸਾਰੀ ਜ਼ਿੰਦਗੀ ਗਰੁੰਡਾ ਜੀ ਟਾਈਮ ਦਿੱਤਾ ਸਵੇਰ ਵੀ ਗੇਮ ਹੋਣੀ ਸ਼ਾਮ ਵੀ ਗੇਮ ਹੋਣੀ ਹੁਣੇ ਤੱਕ ਕਿਕਰੋ ਸਾ ਅੱਧੇ ਗਰੁੰਡਾ 50 ਮੀਟਰ ਸਾਂ ਗੇਮ ਕਰਨੇ ਪਿਆ ਠੀਕ ਹੈ ਬਾਕੀ ਜ਼ਰਾ ਜ ਫਰਮ ਸਾਹਿਬ ਵੀ ਨੰਗਣੇ ਔਰ ਅਕੀਲ ਅੰਜਮ ਸਾਹਿਬ ਚਲੋ ਦੂਰ ਹੈ ਲੇਕਿਨ ਇਹਨਾਂ ਕੀ ਦੇਖਣਾ ਚਾਹੀਦਾ ਤੁਸੀਂ ਬਲ ਗੱਲ ਠੀਕ ਹੈ ਪੰਜਾਬ ਵਿੱਚ ਕਮਜ਼ ਕਮ 50 ਤੋਂ 30 ਟ੍ਰਾਫਿਕ ਲਈ ਹੋਈ ਹੈ ਇਸਲਾਮਾਬਾਦ ਇੱਕ ਹੀ ਲਗੀ ਵੀ ਜਿਹੜੀ ਸਪੋਰਟ ਬੋਰਡ ਲਾਈ ਵੀ ਉਹ ਵੀ 2000 ਰੁਪਏ ਫੀਸ ਕਿੰਨੇ ਆਸਾ ਮਹੀਨੇ ਬਾਅਦ ਟੋਟਲ ਦੋ ਮੈਚ ਜਾ ਕੇ ਟਰਫ ਤੇ ਖੇਡਨੇ ਆ ਕਿਉਂਕਿ ਤੂੰ ਆਨ ਜਾਣ ਜਾਣੇ ਨੇ ਕਰਾਇਆ ਕਮ ਕਮ 3000 ਕਰਾਇਆ ਲੱਗ ਜਾਣਾ 2000 ਕਰਾਇਆ ਲੱਗ ਜਾਣਾ ਨਾਜ਼ਰੀਨ ਬਹੁਤ ਬੜਾ ਸਵਾਲੀਆ ਨਿਸ਼ਾਨ ਆ ਗਵਰਨਮੈਂਟ ਨੇ ਉੱਪਰ ਵੀ ਔਰ ਜਿਹੜੇ ਸੀਡੀਏ ਨੇ ਡਾਇਰੈਕਟਰ ਸਪੋਰਟਸ ਹੈ ਕਿਉਂਕਿ ਸੀਡੀਏ ਦੀ ਜ਼ਿੰਮੇਵਾਰੀ ਹੈ ਗਰਾਊਂਡ ਜਿਹੜਾ ਆ ਸੀਡੀਏ ਦੀ ਜਗ੍ਹਾ ਪਰ ਅਗਰ ਇਹ ਗਰਾਊਂਡ ਮੇਨਟੇਨ ਨਹੀਂ ਹੋ ਸਕਣਾ ਨਹੀਂ ਪਟਣ ਲਗੇ ਇਨਸ਼ਾਅੱਲਾ ਇਹ ਜਾਂ ਇਹ ਗਰਾਊਂਡ ਕੀ ਤਿਆਰ ਕਰਸਣ ਇਨਸ਼ਾਅੱਲਾ ਬਿਹਤਰ ਹੋਸੀ ਪਰੇਸ਼ਾਨੀ ਨਹੀਂ ਕਰਨੀ ਸਾਹ ਸਲਾਮ ਅਲੈਕਮ ਵਾਲੇਕਮ ਸਲਾਮ ਕੀ ਨਾਮ ਹੈ ਸਰ ਜੀ ਵਸੀਮ ਵਸੀਮ ਸਾਹਿਬ ਕੀ ਆਖਣਾ ਚਾਹਣੇ ਹੋ ਜੀ ਮੈਂ ਹਾਕੀ ਦੇ ਬਾਰੇ ਚ ਇਹ ਕਹਿਣਾ ਚਾਹਣਾ ਕਿ ਹਾਕੀ ਬਹੁਤ ਅੱਛਾ ਖੇਲ ਹੈ ਕੌਮੀ ਖੇਲ ਹੈ ਮੈਂਟਲੀ ਫਿਜ਼ੀਕਲੀ ਬਹੁਤ ਅੱਛੀ ਗੇਮ ਹੈ ਇਹ ਇਸ ਦੌਰ ਦੀ ਮੌਜੂਦਾ ਦੌਰ ਜਿਹੜਾ ਕਿ ਬਹੁਤ ਬਿਜ਼ੀ ਦੌਰ ਜਾ ਰਿਹਾ ਹਰ ਬੰਦੇ ਤਾਈ ਮਹਿੰਗਾਈ ਕੁਝ ਹਾਲਾਤ ਬੰਦੇ ਦਿਮਾਗ ਫੇਰੇ ਨੇ ਤੇ ਇਹ ਨਾ ਬੱਚਿਆਂ ਕੀ ਵੀ ਅਪਰੀਸ਼ੀਏਟ ਮੈਂ ਕਰਨਾ ਇਹਨਾਂ ਨੇ ਬੱਚਿਆਂ ਨੇ ਵਾਲਦੈਨ ਕੀ ਵੀ ਕਿਉਂਕਿ ਉਹ ਇਸ ਦੌਰ ਵਿੱਚ ਇੱਕ ਤਾਂ ਪੜ੍ਹਾਈ ਨਾਲ ਇਤਨਾ ਬਰਡਨ ਹੈ ਦੁਆ ਕਰੋ ਬਾਹਰ ਨਾਲ ਵੀ ਇਤਨਾ ਮੈਂਟਲੀ ਬੰਦਾ ਅਪਸੈਟ ਹੋਇਆ ਨੇ ਕਿ ਉਹ ਅਗਰ ਆਪਣੇ ਬੱਚਿਆਂ ਕੀ ਭੇਜ ਰਹੇ ਨਾ ਕੌਮੀ ਖੇਲ ਤਾਈ ਇਹ ਉਹਨਾਂ ਨੇ ਬਹੁਤ ਬੜੀ ਬਹੁਤ ਬੜੀ ਇਨਾਂ ਤੇ ਅਹਿਸਾਨ ਤੇ ਵੀ ਹੈ ਤੇ ਇਹਨਾਂ ਨੇ ਫਿਜ਼ੀਕਲੀ ਫਿਟਨੈਸ ਤੇ ਵੀ ਅੱਛਾ ਇੱਕ ਦਾਮ ਹੈ ਬੜੀ ਅੱਛੀ ਗੱਲ ਤੁਸੀਂ ਕੀਤੀ ਜੀ ਕੋਈ ਸ਼ੱਕ ਨਹੀਂ ਉਹ ਪੇਰੈਂਟਸ ਲਾਈਕ ਇਹ ਖਰਾਜੇ ਤਹਿਸੀਨ ਹੈ ਕਿ ਜਿਹੜੇ ਆਪਣੇ ਬੱਚਿਆਂ ਕੀ ਖੇਲਾਂ ਦੀ ਤਰਫ ਰਾਗਬ ਕਰਨੇ ਚਾਹੇ ਉਹ ਹਾਕੀ ਹੈ ਚਾਹੇ ਫੁੱਟਬਾਲ ਹੈ ਚਾਹੇ ਵਾਲੀਬਾਲ ਹੈ ਚਾਹੇ ਕ੍ਰਿਕਟ ਹੈ ਕੋਈ ਵੀ ਖੇਲ ਹੈ ਔਰ ਆਕੀ ਦੇ ਸਾਨਾ ਕੌਮੀ ਖੇਲ ਹੈ ਔਰ ਇਸ ਦਫਾ ਅਸਾਂ ਫਾਈਨਲ ਵਿੱਚ ਵੀ ਪਹੁੰਚੇ ਸੀ ਆ 16 ਸਾਲ ਬਾਅਦ ਔਰ ਨਾ ਜਿੱਤ ਸਕੇ ਆ ਇੱਕ ਲਹਿਦਾ ਗਾਲੀ ਕੋਈ ਗੱਲ ਨਹੀਂ ਅਗਲੀ ਵਾਰੀ ਜਿੱਤੀ ਕਿੰਨ ਸਾ ਸਾਹ ਸਾਹ ਮਲੀ ਵਾਲ ਸਾਹਿਬ ਜੀ ਸਰ ਜੀ ਕਿਹਨਾ ਹੈ ਤਾਬਾ ਸਤੀ ਨਾ ਜੀ ਮੇਰਾ ਸਰ ਜੀ ਸਾਹਿਬ ਕੀ ਵਜ੍ਹਾ ਸਰ ਕਿਉਂ ਜਿਹੜੀ ਐ ਇਸਲਾਮਾਬਾਦ ਨੇ ਇੰਤਜ਼ਾਮੀਆਂ ਇਸਲਾਮਾਬਾਦ ਸੀਡੀਏ ਇੰਤਜ਼ਾਮੀਆਂ ਇਸਲਾਮਾਬਾਦ ਨੇ ਮੁੰਤਖਬ ਕਰਦਾ ਨੁਮਾਇंदे ਇਸ ਤਰਫ ਤਵੱਜੋ ਕਿਉਂ ਨਹੀਂ ਦੇ ਰਹੇ ਕਿ ਉਹ ਨਹੀਂ ਜਾਣੇ ਕਿ ਨੌਜਵਾਨ نسل ਜਿਹੜੀ ਹੈ ਉਹ ਨਸ਼ੇ ਨਹੀਂ ਤਰਫ ਨਾ ਜਾਵੇ ਦੀਗਰ ਕਿਸੇ ਐਕਟੀਵਿਟੀ ਨਹੀਂ ਤਰਫ ਨਾ ਜਾਵੇ ਖੇਲਾਂ ਨਹੀਂ ਤਰਫ ਰਾਗਵ ਹੋਵੇ ਐਲਦੀ ਐਕਟੀਵਿਟੀ ਨਹੀਂ ਤਰਫ ਰਾਗਵ ਹੋ ਸਣ ਇਹਨਾਂ ਨੇ ਜ਼ਹਿਨ ਫਰੈਸ਼ ਹੋ ਸਣ ਮਾਈਂਡਸੈਟ ਇਹਨਾਂ ਦਾ ਚੇਂਜ ਹੋ ਸੀ ਕਾਲੇ ਨਾ ਕੀ ਕੁਝ ਕਰ ਦਿਖਾਣੇ ਨਹੀਂ ਲਗਨ ਪੈਦਾ ਹੋ ਸੀ ਸਭ ਤੋਂ ਪਹਿਲੇ ਗੱਲ ਤਾਂ ਇਹ ਕਿ ਇਸਲਾਮਾਬਾਦ ਜਿਹੜਾ ਪੋਸ਼ ਏਰੀਆ ਜਾਂ ਜਿਹੜੇ ਇਸਲਾਮਾਬਾਦ ਸੈਕਟਰ ਹੈ ਉੱਥੇ ਤਾਂ ਬਹੁਤ ਕੰਮ ਹੋ ਰਿਹਾ ਲੇਕਿਨ ਜਿਹੜਾ ਦੇ ਏਰੀਆ ਆ ਸਰਾਊਂਡਿੰਗ ਜਿਹੜੀਆਂ ਆਊਟਸਕਰਟਸ ਇਸ ਕੀ ਆਖਨੇ ਉਹ ਸਖਤ ਨਜ਼ਰ ਅੰਦਾਜ਼ ਆ ਨਾ ਕੋਈ ਕ੍ਰਿਕਟ ਨਹੀਂ ਕਿਸੇ ਵੀ ਗੇਮ ਨਹੀਂ ਫੈਸਿਲਿਟੀ ਨਾ ਆਕੀ ਨਹੀਂ ਕਿਸੇ ਚੀਜ਼ ਨਹੀਂ ਮੁਸਫੈਨ ਕਾਜ਼ਮੀ ਸਾਹਿਬ ਜਿਹੜਾ ਕੁਸੇ ਜ਼ਮਾਨੇ ਚ ਸੀਡੀਏ ਨੇ ਚੇਅਰਮੈਨ ਸੇ ਤੇ ਉਹਨਾਂ ਨੇ ਮਿਹਰਬਾਨੀ ਕੀਤੀ ਕਿ ਉਸ ਲੈ ਨਾ ਇੱਕ ਗਰਾਊਂਡ ਦਿੱਤਾ ਔਨ ਪੇਪਰਸ ਕੋਈ ਨਹੀਂ ਸਿਰਫ ਔਨ ਗਰਾਊਂਡ ਥਿਆ ਯੂ ਗਰਾਊਂਡ ਤੇ ਅਗਾ ਇਸ ਨੇ ਕਹਾਣੀ ਇਹ ਕਿ ਕਦੀਰ ਜਿਹੜਾ ਇੱਥੇ ਕੋਚ ਹੈ ਕਦੀਰ ਸਾਹਿਬ ਇਹ ਗ੍ਰਾਸ ਰੂਟ ਲੈਵਲ ਪਰ ਕੰਮ ਕਰਨ ਵਾਲੇ ਬੰਦੇ ਹੈ میں نکی کہ سٹی سکول ہی اپنے نال کوچ رکھا میں سٹی اسکول ریجنل مینیجر سپورٹس ہوں بارہ تیرہ سال کام کیتا کو اچھا کام کرنے توڑ مٹی برابر ہو جانے کوئی اس طرح نہ کوئی مسئلہ نہیں پیدا کرنے کام اے ہونے لا کہ سب تو پہلے تھے گراؤنڈ لیول ہے کیونکہ ٹرف تو لگی نہیں آنکھوں کے ٹرف لائی دیں خیر رہا. ہی لگ لیکن وہ تو آنس او, دلی دور آست. ٹرف لانے سے تو چنگا پلا خرچہ ہونا تو پورے اسلام آباد نے جس میں پہلے انہیں گال کی ایک نصیر بندہ آکی سٹیڈیم اسٹیڈیم ٹرف پوری ڈسٹرک کی جا لیکن اسلام آباد ایک صوبے کا درجہ رکھنا دو چار کیپیٹل ہے جیٹل ہے ہاں لیکن جہاں مطلب نیشنل سطح پر ایک پروونس نے طور پر کھیلنا حالانکہ ایک ڈسٹرک ہی لیکن نیشنل گیمز ایک پروونس نے طور پر اس کی پارٹیسپیٹ کرنا ہونا یہ چاہیے کہ اس کے گراؤنڈ کے ایٹ لیول تو ہے اس کی صحیح لیول کرنا پراپر ہے ਕਦੀਰ ਬੜੀ ਕੋਸ਼ਿਸ਼ ਕਰਨਾ ਹਰ ਤਰ੍ਹਾਂ ਨਹੀਂ ਸਵੇਰ ਸ਼ਾਮ ਲੜਕੇ ਸਟ ਪ੍ਰੈਕਟਿਸ ਸਟੇਸ਼ਨ ਨੇ ਲੋਕ ਜੋਗਿੰਗ ਹਸਤੇ ਵਿੱਚ ਨੇ ਲੇਕਿਨ ਬਹੁਤ ਸਾਰੇ ਬੱਚੇ ਹੈ ਜਿਹੜੇ ਕਿਸੇ ਗਲਤ ਕੰਮ ਸੀ ਬਚੇ ਔਰ ਇਧਰ ਆ ਰਹੇ ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਦਾ ਦੌਰ ਆ ਰਿਹਾ ਸਕਰੀਨ ਜਿਤਨੇ ਮੋਬਾਈਲ ਛੋੜੀ ਔਰ ਸਕਰੀਨ ਐਕਟੀਵਿਟੀਜ਼ ਬਾਹਰ ਨਿਕਲੀ ਜੋ ਬੰਦਾ ਗਰਾਊਂਡ ਹੀ ਸਟੇਸ਼ਨਾ ਜਿਹੜੇ ਪੇਰੈਂਟਸ ਭੇਜਨੇ ਉਹ ਬੜੀ ਗੱਲ ਹੀ ਲੇਕਿਨ ਅੱਗੇ ਵੀ ਕੋਈ ਥੋੜਾ ਬਹੁਤ ਗਵਰਨਮੈਂਟ ਕੀ ਵੀ ਜਿਹੜਾ ਆਊਟਸਕ੍ਰਿਟ ਹੈ اسلامਬਾਦ ਨੇ ਜਿਹੜਾ ਦੇਈ ਏਰੀਆ ਉਸਕੀ ਕੋਈ ਤਵੱਜੋ ਦੇਣੀ ਚਾਹੀਨੀ ਇਧਰ ਕੋ ਗਰਾਊਂਡ ਕੋਈ ਫੈਸਿਲਿਟੀ ਕੋਈ ਫੁੱਟਬਾਲ ਗਰਾਊਂਡ ਕੋਈ ਹਾਕੀ ਗਰਾਊਂਡ ਕੋਈ ਕ੍ਰਿਕਟ ਪੇਜ ਕੋਈ ਨੈਟ اسلامਬਾਦ ਇੱਕ ਇੱਕ ਸੈਕਟਰ ਹੀ ਚਾਰ ਚਾਰ ਪੰਜ ਪੰਜ ਛੇ ਛੇ ਨੈਟ ਲਗੇ ਹੋਏ ਕ੍ਰਿਕਟ ਨੇ ਵੀ ਸੁਖ ਚੈਨ ਫਲਾਣਾ ਚੈਨ ਇਹ ਐਫ 6 ਐਫ 8 ਐਫ 10 ਹਰ ਜਗ੍ਹਾ ਛੋਟੇ ਛੋਟੇ ਪਿੱਛੇ ਲਗੇ ਲੇਕਿਨ ਇਥੇ ਚੰਗੀ ਸੈਦਾ ਨੇ ਲਾ ਕੇ ਜੋ ਜਿਹੜਾ ਨਾ ਚੰਗ ਸੈਦਾ ਨੇ ਲਾ ਕੇ ਦੁਖ ਚੈਨ ਦੁਖ ਚੇਨ ਦੁਖ ਚੇਨ ਸਮਝ ਕਿ ਨੋਇਆ ਖੁੱਪ ਸਿਰਫ ਚੰਗੀ ਸਾਈਦਾ ਨਹੀਂ ਸਾਰਾ ਦੇ ਏਰੀਆ ਜਿਹੜਾ اسلامਬਾਦ ਨਾ ਸਾਰਾ ਦੇ ਨਾਜ਼ਰੀਨ ਜਿਹੜੇ ਆ ਸਾਰਾ ਦੇ ਇਲਾਕੇ ਆ ਕਿਹ ਇਸ ਇਲਾਕੇ ਦੇ ਅੰਦਰ ਬਸਨੇ ਲੋਕ ਪਾਕਿਸਤਾਨੀ ਨਹੀਂ ਹੈ ਕਿਆ ਇਨ ਇਲਾਕਿਆਂ ਦੇ ਅੰਦਰ ਰਹਿਣ ਵਾਲੇ ਲੋਕ ਪਾਕਿਸਤਾਨ ਨੇ ਵਾਸੀ ਨਹੀਂ ਹੈ? ਕਿਆ ਇਸ ਇਲਾਕੇ ਦੇ ਅੰਦਰ ਰਹਿਣ ਵਾਲੇ ਲੋਕਾਂ ਕੋਲ ਨੈਸ਼ਨਲ ਆਇਡੈਂਟੀਟੀ ਕਾਰਡ ਕੋਈ ਨਹੀਂ? ਕਿਆ ਇਹ ਲੋਕ ਨਜ਼ਰਅੰਦਾਜ਼ ਕਿਉਂ ਹੋਣੇ? ਇਹ ਇੱਕ ਬਹੁਤ ਵੱਡਾ ਸਵਾਲੀਆ ਨਿਸ਼ਾਨਾ ਜਿਸ ਟਾਈਮ ਇਲੈਕਸ਼ਨ ਹੋਣੇ ਤੇ ਜਿਤਨੇ ਵੀ ਐਮਐਨਏ, ਐਮਪੀਏ ਜਿਹੜੇ ਹੋਣੇ ਉਹ ਸਾਰੇ ਹਨ ਕਿ ਕੋਈ ਗੋਡੇ ਪਕੜਨਾ ਹੋਣਾ, ਕੋਈ ਮਿੰਤਾ ਕਰਨਾ ਹੋਣਾ। ਨਾਜ਼ਰੀਨ ਦੁਆ ਇੱਕ ਹੋਰ ਗੱਲ ਹੀ ਕਿ ਇਹ ਸਾ ਬ੍ਰਦਰਰੀ ਸਿਸਟਮ ਬੜਾ ਕਮ ਹੈ ਕਿ ਖਰਾਬ ਕੀਤਾ ਜੀ। ਮਾੜੀ ਬ੍ਰਦਰਰੀ ਪੂਰੀ ਦੁਆਖੈਰ ਕਰ ਚੱਟੀ ਜੀ। ਨੂਨ ਲਈ ਕਿ ਵੋਟ ਦੇਣੀ, ਮਾੜੀ ਬ੍ਰਦਰਰੀ ਪੂਰੀ ਦੁ ਨਾਜ਼ਰੀਨ ਅਸਾਂ ਅੱਜ ਵੀ ਮਤਲਬ 76 ਸਾਲ ਦੁਨੀਆ ਪਤਾ ਨਹੀਂ ਕਿੱਥੇ ਪਹੁੰਚ ਗਈ ਲੇਕਿਨ ਅਸਾਂ ਅੱਜ ਵੀ ਇਹੀ ਰੋਣਾ ਰੋਣਿਆ ਅਸਾਂ ਨੇ ਗ੍ਰਾਉਂਡ ਨਹੀਂ ਹਾਲਤ ਤੱਕ ਹੀ ਕਿਨੋ ਮਤਲਬ ਹੈ ਗਰਾਊਂਡ ਲੈਵਲ ਨਹੀਂ ਆ ਤੇ ਜਿਸ ਇਲਾਕੇ ਨਾਲ ਗਰਾਊਂਡ ਹੀ ਲੈਵਲ ਨਹੀਂ ਉੱਥੇ ਬੱਚੇ ਖੇਡ ਸਨ ਆਕੀ ਟੈਸਣ ਵੀ ਸੱਟ ਵੀ ਲੱਗ ਸੀ ਲੱਤ ਬਾਹ ਵੀ ਪਣਾ ਸਨ ਤੇ ਮਤਲਬ ਉਸਨੇ ਬਾਵਜੂਦ ਵੀ ਉਹਨਾਂ ਵਲਦੈਨ ਨੇ ਜਜ਼ਬੇ ਕੀ ਸਲਾਮ ਪੇਸ਼ ਕਰਨਾ ਚਾਹੀਨਾ ਜਿਹੜੇ ਇਹਨਾਂ ਤਮਾਮ ਤਰ ਚੀਜ਼ਾਂ ਕੀ ਮਦੇ ਨਜ਼ਰ ਰੱਖਣਾ ਆਇਆ ਵੀ ਆਪਣੇ ਬੱਚਿਆਂ ਕੀ ਐਸੇ ਗਰਾਊਂਡਾਂ ਨੇ ਅੰਦਰ ਭੇਜਨੇ ਸਿਰਫ ਇਸ ਹਸਤਾ ਹੈ ਕਿ ਉਹਨਾਂ ਨੇ ਬੱਚਿਆਂ ਦਾ ਮੁਸਤਕਬਲ ਬਿਹਤਰ ਹੋਵੇ ਇਹ ਹੀ ਬੱਚੇ ਪਾਕਿਸਤਾਨ ਦਾ ਮੁਸਤਕਬਲ ਹੈ ਇਹਨਾਂ ਬੱਚਿਆਂ ਹੀ ਕੱਲ ਪਾਕਿਸਤਾਨ ਦਾ ਨਾਂ ਰੋਸ਼ਨ ਕਰਨਾ ਹੈ ਸਾਹਿਬ ਬਾਈ ਮੇਰੇ ਨਾਲ ਮੌਜੂਦ ਹੈ ਇਹਨਾਂ ਨੂੰ ਗੱਪ ਲਾਣਿਆ ਸਾਹਮਣੇ ਵਾਲੇਕਮ ਸਲਾਮ ਕੀ ਨਾਮ ਹੈ ਸਰ ਮਲਕ ਉਸਮਾਨ ਆ ਮੇਰਾ ਜੀ ਮਲਕ ਸਾਹਿਬ ਇਸ ਗਰਾਊਂਡ ਨੇ ਵਾਲੇ ਨਾਲ ਇਸ ਨਹੀਂ ਹਾਲਤ ਇਜ਼ਾਰ ਨੇ ਵਾਲੇ ਨਾਲ ਕੀ ਆਖਣਾ ਚਾਹਣਾ ਸਰ ਮੈਂ 2018 ਤੱਕ ਖੁਦ ਇਸ ਗਰਾਊਂਡ 'ਚ ਖੇਡਦਾ ਰਿਹਾ ਕੀ ਜਾ ਤੇ ਹੁਣ ਮੇਰਾ ਬੱਚਾ ਅੰਡਰ 10 ਖੇਡ ਕੇ ਆਇਆ ਸਪੋਰਟਸ ਕੰਪਲੈਕਸ ਵਿੱਚ ਤੇ ਉਹਨੂੰ 11ਵੀਂ ਚਾਹ ਤੇ ਉਹਨੂੰ ਵੀ ਆਉਂਦਾ ਕਾਕੀ ਖੇਡਣ ਸਾਨੂੰ ਪਹਿਲਾਂ ਤੇ ਇਸ ਦੇ ਹੀ ਇਲਾਕੇ ਚ ਗਰਾਊਂਡ ਦੀ ਐਫਰਟ ਕਦੀਰ ਸਾਹਿਬ ਦੀ ਬਹੁਤ ਵੱਡੀ ਐਫਰਟ ਜਿਹੜੀ ਇਹਨਾਂ ਸੀਡੀਓ ਕੋਲੋਂ ਗਰਾਊਂਡ ਲਿਆ ਤੇ ਗਰਾਊਂਡ ਤੇ ਲੱਭ ਗਿਆ ਤੇ ਬੱਚੇ ਮੋਬਾਈਲ ਨਹੀਂ ਛੱਡਦੇ ਤੇ ਜਿਹੜੇ ਖੇਡਣ ਆਉਂਦੇ ਨੇ ਉਹਨਾਂ ਵਾਸਤੇ ਜਗ੍ਹਾ ਕੋ ਨਹੀਂ ਲੋਕ ਸੁਭਾਉਂ ਦੇ ਵਾਕ ਵਾਸਤੇ ਤੇ ਤੁਸੀਂ ਆ ਗਏ ਕੈਮਰਾ ਸਾਈਡ ਤੇ ਮਾਰੋ ਜੰਗਲ ਬਣਿਆ ਤੇ ਇਹ ਇੱਕ ਅੱਛੀ ਐਫਰਟ ਹੈ ਤੇ ਉਹ ਕਹਿੰਦੇ ਹੁੰਦੇ ਨੇ ਜਿੰਨਾ ਹਕੂਮਾ ਤੇ ਗਰਾਊਂਡ ਬਾਦ ਹੋਣ ਉਹਨਾਂ ਦੇ ਹਸਪਤਾਲ ਵੀਰਾਨ ਹੁੰਦੇ ਤੇ ਬੱਚਿਆਂ ਦੀ ਤਫਰੀਕ ਹੋਣੀ ਦੇ ਉਹਦਾ ਸਾਰਾ ਕ੍ਰੈਡਿਟ ਦੇਖ ਲਓ ਸੱਤ ਖਿਲਾੜੀ ਗਏ ਸਾਡੇ 올림픽 ਖੇਡਣ ਵਜ੍ਹਾ ਕੀ ਹੈ ਸਾਡੇ ਕੋਲ ਪਿੱਛੇ ਪਨੀਰੀ ਕੋ ਨਹੀਂ ਉਹ ਪੰਜਾਬੀ ਕਹਿੰਦੇ ਫਸਲ ਲਾਣੀ ਹੈ ਤੇ ਕਿਉਂ ਉਗਣਾ ਨਾ ਤੇ ਸਾਡੇ ਗਰਾਊਂਡਾਂ ਦਾ ਹਾਲ ਹੈ ਤੇ ਫਿਰ ਤੁਸੀਂ ਖਿਲਾੜੀ ਕਿੱਥੋਂ ਕੱਢੋ ਦੇ ਫਿਰ ਉਹ ਸੱਤ ਵੀ ਨਹੀਂ ਚੱਲੇ ਅਗਲੀ ਵਾਰੀ ਤਰਾਕ ਦੋੜੇ ਤਰੀ ਤੇ ਸਾਡਾ 26 ਨੰਬਰ ਤੇ ਆਇਆ ਤੇ ਕਰੋ ਡੁੱਬੀ ਨਹੀਂ ਗਿਆ ਹਾਂ ਇਹ ਵੀ ਕਹਿ ਸਕਦੇ ਹੋ ਲੇਕਿਨ ਉਹ ਵੀ ਆਪਣੀ ਬੇਸ ਤੇ ਕਰ ਚਲਾ ਗਿਆ ਇੱਕ ਝੰਡਾ ਦੇ ਪਾਕਿਸਤਾਨ ਲਾ ਕੇ ਗਿਆ ਮੈਂ ਉਹਨੂੰ ਵੀ ਕ੍ਰੈਡਿਟ ਦੇਣਾ ਕਿ ਜੋ ਝੰਡਾ ਸਾਡਾ ਉੱਥੇ ਆਇਆ ਅਗਲੀ ਵਾਰੀ ਉਹ ਵੀ ਨਹੀਂ ਹੋ ਲਿਆ ਕਿ ਤੁਸੀਂ ਮਤਲਬ ਆਕੀਏ ਆਕੀ ਸਾਡਾ ਕੋਮੀ ਖੇਲ ਹੈ ਕਿਸੇ ਦੋ ਚਾਰ ਵਰਲਡ ਕਪ ਅਸੀਂ ਜਿੱਤੇ ਰਿਕਾਰਡ ਆ ਸ਼ਬਾਸ ਸੀਨੀਅਰ ਵਸੀਮ ਫਰੋਜ਼ ਹੋਰ ਕਿਤਨੇ 올ੰਪਿਕ ਸ਼ਗੀਲ ਅਬਾਸੀ ਮਤਲਬ ਦੁਨੀਆ ਨਾਲ ਡਰਦੀ ਸੀ ਕਿ ਜਿੱਥੇ ਹੋਵਨ ਦੇ ਜੀਏ ਘੋੜੇ ਨੇ ਇਹਨਾਂ ਦਾ ਨਾਂ ਹੀ ਲੋਕਾਂ ਦੇ ਘੋੜੇ ਨੇ ਇਹਨਾਂ ਨਪਾਈ ਨਹੀਂ ਦੇਣੀ ਤੇ ਅੱਜ ਸਾਡੇ ਆਕੀ ਦਾ ਕੀ ਹਾਲ ਹੈ ਕਿ 14 ਸਾਲ ਬਾਅਦ ਅਸੀਂ ਅਜ਼ਲਾ ਸ਼ਾਹ ਦਾ ਫਾਈਨਲ ਖੇੜਿਆ ਤੇ ਉਹ ਜਿਹੜੀ ਪਸਤੀ ਹੋਈ ਹੈ ਪਿੱਛੇ ਸੀ ਗਿਆਂ ਉਹਦੀ ਵਜ੍ਹਾ ਹੈ ਹੀ ਕਿ ਪਿੱਛੇ ਸਾਡੇ ਕੋਲ ਜੱਗਰ ਕੋਹ ਸਾਹਿਬ ਨੇ ਫ੍ਰੀ ਬੱਚਿਆਂ ਨੂੰ ਇੱਥੇ ਖੜਾ ਰਹੇ ਨੇ ਅਸੀਂ ਅਰਸੇ ਤੋਂ خود ਵੀ ਖੇਡਦੇ ਰਹਾਂ ਕੋਈ ਪੈਸੇ ਨਹੀਂ ਲੈਂਦੇ ਆਹ ਕਿਆਂ ਆਪਣੇ ਕੋਲ ਲੈਂਦੇ ਨੇ ਬੱਚਿਆਂ ਦੀਆਂ ਕਿੱਟਾਂ ਕੋਈ ਸਾਡੇ ਦੇ ਬੰਦਿਆਂ ਕੋਲ ਨਾ ਕਿਸੇ ਹੋਰ ਕੋਲ ਨਾ ਕਿਸੇ ਫੈਕਟਰੀ ਨਾਲ ਤਾਉਣ ਲੈ ਕੇ ਕਿੱਟਾਂ ਬਣਵਾ ਲੀਆਂ ਤੇ ਜਨਾਬ ਬੱਚਿਆਂ ਨਾਲ ਲੱਗੇ ਨੇ ਤੇ ਉਹਨਾਂ ਦੀ ਬੜੀ ਮਿਹਨਤ ਹੈ ਲੇਕਿਨ ਉਸ ਮਿਹਨਤ ਦਾ ਕੋਈ ਹੱਲ ਨਹੀਂ ਕਿ ਜੀ ਸਾਹਿਬ ਨਹੀਂ ਤਾਂ ਨਾਜ਼ਰੀਨ ਮਿਹਨਤ થઈ ਲੇਕਿਨ ਜਿੰਨਾ ਕਿ ਮਿਹਨਤ ਕਰਨੀ ਚਾਹੀਨੀ ਅਸਲੀ ਹੈ ਜਿੰਨਾਂ ਨੇ ਹੱਕ ਬਣਨਾ ਮਿਹਨਤ ਕਰਨਾ ਉਸ ਉਤੇ ਖਾਬੇ ਖਰਗੋਸ਼ ਨੇ ਮਜ਼ੇ ਲੈ ਰਹੇ ਉਹਨਾਂ ਕੀ ਪੁੱਛਣੇ ਲਈ ਕੋਈ ਨਹੀਂ ਉਹਨਾਂ ਕੀ ਪਤਾ ਅਸਾਂ ਫਿਰ 5 ਸਾਲ ਬਾਅਦ ਆਣਾ ਆਪਣਾ ਚੂਰਨ ਵੇਚਣਾ ਆਪਣੀ ਫੱਕੀ ਵੇਚਣੀ ਆਪਣਾ ਮੰਜਣ ਵੇਚਣਾ ਬਸਾਂ ਜਿਸ ਤਰ੍ਹਾਂ ਲੋਕ ਮੰਜਣ ਨਹੀਂ ਵੇਚਣੇ ਮਾੜਾ ਦੰਦਾ ਵਾਲਾ ਮੰਜਣ ਮੂੰਹ ਚੰਗਾ ਹੈ ਇਸਤੇਮਾਲ ਕਰੋ ਦੰਦ ਸਾਫ਼ ਹੋਣ ਇਹ ਲੋਕ ਹਰ 5 ਸਾਲ ਬਾਅਦ ਮੰਜਣ ਵੇਚਣੇ ਅਸਾਂ ਫਿਰ ਇਹਨਾਂ ਮੁਫਤਨਾ ਨਗਰ ਨੂੰ ਮੰਜਨ ਕਿੰਨੇ ਉਲਟਾ ਇਹਨਾਂ ਕੀ ਕਰੂ ਕੁਝ ਦੇ ਕੇ ਭੇਜਣੇ ਆ ਲੇਕਿਨ ਫਿਰ 5 ਸਾਲ ਅਸਾਂ ਇਹਨਾਂ ਨੇ ਹੱਥਾਂ ਦਰ ਤੱਕਣੇ ਆ ਕਿ ਕਹਿ ਕਰਸਣੇ ਕੁਝ ਕਰਸਣ ਤਾਂ ਅਸਾਂ ਕੁਝ ਕਰਸਾਂ ਇਸ ਤਰ੍ਹਾਂ ਨਹੀਂ ਹੋਈ ਸਕਣਾ ਕੁਝ ਕਰਨਾ ਪੈਸੀ ਇਹ ਸੰਗੀਓ ਨਾ ਕਰਸੋ ਤਾਂ ਲੋਕ ਕਮਸ ਕਮ ਮੈਂ ਸਮਝਣਾ ਕਿ ਉਹ ਵਕਤ ਦੂਰ ਨਹੀਂ ਕਿ ਇਸ ਕੋਮਨਾ ਸ਼ਹੂਰ ਜਿਹੜਾ ਉਹ ਬੇਦਾਰ ਹੋਣੇ ਲਿਆ ਅੱਲਾਹ ਕਰੇ ਬਹੁਤ ਜਲਦੀ ਹੋਵੇ ਮੇਰੀ ਨਜ਼ਰ ਨਹੀਂ ਜਣਾ ਲੇਕਿਨ ਕਰਸਣ ਸ਼ਹੂਰ ਬੇਦਾਰ ਦਤਾਂਈ ਜੁਲੀ ਕੇ ਮਾਮਲਾਤ ਦਰਸੋ ਸਣਕ ਭਾਈ ਹੋਰ ਮੇਰੇ ਨਾਲ ਮੌਜੂਦ ਹੈ ਬੜੇ ਸੀਰੀਅਸ ਹੋਏ ਪਤਾ ਨਹੀਂ ਕਿਹ ਵਜਾਈ ਗੱਲ ਕਰਨੇ ਇਹਨਾਂ ਨਾਲ ਇਹਨਾਂ ਕੋਲ ਪੁੱਛਣੇ ਆ ਕਿ ਇਸ ਗਰਾਊਂਡ ਨੇ ਹਵਾਲੇ ਨਾਲ ਕਿਹ ਐਕਸਨ ਸਾਹਮਣੇ ਅਸਾਂ ਕਿਹ ਨਾ ਹੈ ਸਰ ਜੀ ਚੇਅਰਮੈਨ ਚੌਧਰੀ ਮੁਹੰਮਦ ਸਫੀਰ ਚੇਅਰਮੈਨ ਸਾਹਿਬ ਕਿਹੜੀ ਜਮਾਤ ਨਾਲ ਤੱਲਾ ਗਿਆ ਪੀਐਮਐਲਐਨ ਹੁਣ ਤਾਂ ਮਾਸ਼ਾਅੱਲਾ ਤੁਸਾਂ ਨਹੀਂ ਜਮਾਤ ਬਰਸਰ ਇਕਤਦਾਰ ਹੀ ਜੀ ਜੀ ਸਾਰੇ ਤੁਸਾਂ ਨੇ ਇਲਾਕੇ ਨਾਲ ਕਰਾਉਣ ਦਾ ਜੀ ਜੀ ਫਿਰ ਕਿਹ ਫੀਲ ਕਰ ਰਹੇ ਹੋ ਇਸ ਇਲਾਕੇ ਨੇ ਗਰਾਊਂਡ ਨਹੀਂ ਹਾਲਾਤ ਹਜ਼ਾਰ ਨੇ ਬਾਰੇ ਹਾਲਾਤ ਕੋਈ ਠੀਕ ਨਹੀਂ ਨਜ਼ਰ ਅਸ਼ਨੇ ਪੇ ਤੇ ਮੜਾ ਰੱਦਾ ਇਹ ਜੇ ਇਲਾਕੇ ਚ ਕੌਮੀ ਖੇਲ ਆ ਕੌਮੀ ਖੇਲ ਆਏ ਪਾਕਿਸਤਾਨ ਨਾ ਤੇ ਇਸ ਨਾਲ ਬੇਤਰ ਕੋਈ ਇੰਤਜ਼ਾਮ ਹੋਣਾ ਚਾਹੀਦਾ ਉਸਾਂ ਤਾਂ ਮਾਸ਼ਾਅੱਲਾ ਚੇਰਮੈਨ ਵੀ ਹੋ ਫਿਰ ਨਾਜ਼ਰੀਨ ਮਜ਼ੇ ਨਹੀਂ ਗੱਲ ਦਸਾਂ ਤਲਕ ਵੀ ਪੀਐਮਐਲਐਨ ਨਾਲ ਹੈ ਔਰ ਬਰਸਰ ਇਕਤਦਾਰ ਜਮਾਤ ਵੀ ਹੈ ਤਾਰਕ ਫਜ਼ਲ ਚੌਧਰੀ ਸਾਹਿਬ ਨਾ ਇਲਾਕਾ ਵੀ ਆ ਦੋ ਵਾਰ ਹੋ ਗਿਆ منتخب ਹੋਏ ਤਰੀ ਵਾਰੀ ਅੱਲਾਹ ਕੀਤਾ ਫਿਰ ਉਹਨਾਂ ਦੀ ਲਾਟਰੀ ਨਿਕਲੀ ਆਈ ਭਾਵੇਂ 47 ਆਖਾਂ ਜਾਂ 45 ਆਖਾਂ ਇਹ ਸਾਰੀ ਦੁਨੀਆ ਕੀ ਪਤਾ ਤੇ ਗੱਲ ਇਹ ਕਿ ਸਰ ਕਿਉਂ ਤਾਰਕ ਫਜ਼ਲ ਚੌਧਰੀ ਸਾਹਿਬ ਨਾਲ ਇਹ ਗੁਫਤਗੂ ਨਹੀਂ ਹੋਣੀ ਆ ਉਹਨਾਂ ਨੇ ਤਵੱਜੋ ਇਸ ਤਰ੍ਹਾਂ ਮਬਜ਼ੂਲ ਕਿਉਂ ਨਹੀਂ ਕਰਾਈ ਜਾਣੀ ਕਿ ਇਸ ਗਰਾਊਂਡ ਨਹੀਂ ਅਗਰ ਉਹ ਚਾਹਣ ਸਰ ਇੱਕ ਕਾਲ ਕਰਨੀ ਉਹਨਾਂ ਨਾਜ਼ਰੀਨ ਮੈਂ ਦਾਅਵੇ ਨਾਲ ਇਹ ਗੱਲ ਆਖਣਾ ਕਿ ਤਾਰਕ ਫਜ਼ਲ ਚੌਧਰੀ ਸਾਹਿਬ ਇੱਕ ਫੋਨ ਕਰਨੀ ਇਸ ਗਰਾਊਂਡ ਦੀ ਹਾਲਤ ਜਿਹੜੀ ਆ ਉਹ ਮਤਲਬ ਮਹੀਨਿਆਂ 'ਚ ਨਹੀਂ ਦਿਨਾਂ ਵਿੱਚ ਬਿਹਤਰ ਹੋ ਸੀ ਮੈਂ ਇਹ ਗੱਲ ਲਿਖੀ ਕੇ ਦੇਣੇ ਸੇ ਤਿਆਰ ਆ ਅਗਰ ਉਹ ਸੰਸੀਅਰ ਹੋਈ ਕਹੇ ਅਗਰ ਉਹ ਇਸ ਇਲਾਕੇ ਕੀ ਆਪਣਾ ਇਲਾਕਾ ਸਮਝੀ ਨਾ ਬੱਚਿਆਂ ਕੀ ਇਸ ਕੌਮ ਨਾਲ ਮੁਸਤਕਬਲ ਸਮਝੀ ਕਹੇ ਇੱਕ ਕਾਲ ਕਰਨ ਕੰਮ ਹੋਣਾ ਕਿ ਨਹੀਂ ਹੋਣਾ ਚੇਅਰਮੈਨ ਸਾਹਿਬ ਇਨਸ਼ਾਅੱਲਾ ਜੀ ਡਾਕਟਰ ਸਾਹਿਬ ਕਿ ਮੈਂ ਖੁਦ ਵੀ ਆਸਾਂ ਤੇ ਮੈਂ ਕੋਸ਼ਿਸ਼ ਵੀ ਕਰਨਾ ਇਨਸ਼ਾਅੱਲਾ ਇਹ ਜਲਦ ਤੋਂ ਜਲਦ ਠੀਕ ਹੋ ਕੇ ਛੇ ਕਿਉਂਕਿ ਪਾਕਿਸਤਾਨ ਦਾ ਕੌਮੀ ਖੇਲ ਆ ਇਸੇ ਕੇ ਸਾਹ ਉਜਾਗਰ ਕਰਨਾ ਇਨਸ਼ਾਅੱਲਾ ਠੀਕ ਹੋ ਸੀ ਇਹ ਹੁਣ ਪੱਕੀ ਗੱਲ ਹੀ ਕਿ ਤੁਸੀਂ ਡਾਕਟਰ ਤਾਰਕ ਫਜ਼ਲ ਚੌਧਰੀ ਸਾਹਿਬ ਮੈਂ ਤਾਂ ਰਾਜ ਸਾਹਿਬ ਰਾਜ ਕਰੀ ਮੈਂ ਸਾਹਿਬ ਮੈਂ ਪੁੱਛਾਂ ਹੀ ਫੋਨਾ ਇਨਸ਼ਾਅੱਲਾ ਜਾਸਾਂ ਜੀ ਇਨਸ਼ਾਅੱਲਾ ਮੈਂ ਜਿਸ ਬੰਦੇ ਪਿੱਛੇ ਪਈ ਜੁਲਾ ਨਾ ਨਜ਼ਰੀਨ ਤਾਂ ਤੁਸੀਂ ਕੀ ਪਤਾ ਹੈ ਸਵਾਮੀ ਕੀ ਜਾਣਨੇ ਇਨਸ਼ਾਅੱਲਾ ਤੁਸੀਂ ਭਰਾਏ ਹੋ ਇਨਸ਼ਾਅੱਲਾ ਤੁਸੀਂ ਵੀ ਤੱਕੀ ਕਿਸੋ ਇਨਸ਼ਾਅੱਲਾ ਮੈਂ ਦਰਾਜ ਸਾਹਿਬ ਕਦੀਰ ਸਾਹਿਬ ਉਹ ਮੈਂ ਇਤਨੀ ਮਿਹਨਤ ਕਰ ਰਹੇ ਪੇ ਮੈਂ ਤਕਣਾ ਪਿਆ ਉਹਨਾਂ ਕੀ ਤੋ ਕੋ ਛੋਟੇ ਛੋਟੇ ਬੱਚੇ ਵੀ ਇਹ ਕਿਤਨੀ ਮਿਹਨਤ ਕਰ ਰਹੇ ਪੇ ਇਨਸ਼ਾਅੱਲਾ ਠੀਕ ਹੋ ਸੀ ਇਨਸ਼ਾਅੱਲਾ ਜੀ ਚੇਅਰਮੈਨ ਸਾਹਿਬ ਆਖਿਆ ਜੀ ਇਨਸ਼ਾਅੱਲਾ ਠੀਕ ਹੋ ਸੀ ਅੱਲਾ ਕਰਾ ਠੀਕ ਹੋਵੇ ਅਸਾਂ ਨਾ ਵੀ ਇਥੇ ਐਸ਼ਣੇ ਦਾ ਮਕਸਦ ਨਜ਼ਰੀਨ ਇਹ ਆ ਕਿ ਇਤਨੀ ਦੂਰ ਅਸਾਂ ਆਏ ਆ ਤੇ ਇਸੇ ਅਸਾਂ ਆਏ ਆ ਕਿ ਬੱਚੇ ਜਿਹੜੇ ਆ ਉਹ ਠੀਕ ਰਹਿਣ ਇੱਕ ਹੋਰ ਬਾਈ ਮੇਰੇ ਨਾਲ ਮੌਜੂਦ ਹੈ ਇਹਨਾਂ ਨਾਲ ਵੀ ਗੁਫਤਗੂ ਕਰਨੇ ਆ ਇਹਨਾਂ ਕੋਲੋਂ ਪੁੱਛਨੇ ਆ ਇਹਨਾਂ ਨੇ ਕਿਹਾ ਜਜ਼ਬਾਤ ਇਸ ਹਵਾਲੇ ਨਾਲ ਸਾਹਮਣੇ ਕਰਨੀ ਵਾਲੇਕੁਮ ਸਲਾਮ ਰਹਿਮਤੁਲਾ ਮੁੜ ਜਦ ਬਾਤ ਹੈ ਕਿ ਨਾਲ ਬਿਲਕੁਲ ਮਸਾਈ ਚੋਂ ਮੈਂ ਜਾਬ ਕਨ ਸਤਤਨ ਫਰਚਨ ਵਾਈਸ ਪ੍ਰਿੰਸੀਪਲ ਹਾਂ। ਔਰ ਰਾਜੇ ਖਦੀਸ ਸਾਹਿਬ ਦੀ ਬੜੀ ਮਿਹਨਤ ਈ ਕਿ 11 ਦਫਾ ਅਸਾਂ ਫੈਡਰਲ ਬੋਰਡ ਨੇ ਚੈਂਪੀਅਨ ਹਾਂ। ਠੀਕ ਹੈ ਮਾਰੇ ਬੁਆਇਜ਼ ਆ ਸਕੂਲ ਜਿਹੜਾ ਹੈ ਔਰ ਇਸ ਵਾਰ ਇਨਸ਼ਾਅੱਲਾ ਕਾਲੇਨੀ ਟੀਮ ਈ ਸਾਡੀ ਗਈ ਸੀ। ਇਹ ਪ੍ਰੈਕਟਿਸ ਕਰਾਉਣੇ ਰ ਅਸਾਂ ਜਿੰਨੇ ਸਾਰਾ ਕੁਝ ਈ ਹੈ। ਇਸ ਗਰਾਊਂਡ 'ਚ? ਇਸ ਗਰਾਊਂਡ 'ਚ। ਇਸ ਗਰਾਊਂਡ 'ਚ। ਨਾਜ਼ਰੀਨ ਮਤਲਬ ਹੈ ਕਿ ਬਹੁਤ ਬੜੀ ਗੱਲ ਕਰਨੇ ਪਏ ਕਿ ਇਸ ਗਰਾਊਂਡ 'ਚ ਪ੍ਰੈਕਟਿਸ ਕਰਨੇ ਲਈ ਬੱਚੇ 11 ਦਫਾ ਫੈਡਰਲ ਬੋਰਡ ਨੇ ਚ ਤੇ ਇਹ ਫਿਰ ਵੀ ਮਤਲਬ ਹੈ ਕਿ ਤੁਸਾਂ ਕੀ ਸਮਝ ਨਹੀਂ ਇਛਣੀ ਪਈ ਓਏ ਖੁਦਾ ਨੇ ਬੰਦਿਓ ਸਮਝੋ ਇਸ ਗੱਲ ਹੈ ਕਿ ਕਿ ਖੜਿਆਂ ਵਿੱਚ ਨਸਨੇ ਲੈ ਬੱਚੇ ਇਹਨਾਂ ਖੜਿਆਂ ਵਿੱਚ ਦੌੜਨੇ ਲੈ ਬੱਚੇ ਅਗਰ 11 ਦਫਾ ਫੈਡਰਲ ਬੋਰਡ ਨੇ ਚੇਅਰਮੈਨ ਬਣਨੇ ਤੇ ਫਿਰ ਥੋੜੀ ਜੀ ਸ਼ਰਮ ਥੋੜੀ ਜੀ ਇਹ ਯਾਹ ਕਰੀ ਗਿਆ ਇਸ ਗਰਾਉਂਡ ਪਰ ਰਹਿਮ ਕਰੋ ਇਹ ਗਰਾਉਂਡ ਬਣਾਓ ਤਾਂ ਕਿ 11 ਦਫਾ ਬੱਚੇ ਜਿਹੜੇ ਇਥੋਂ ਚੈਂਪੀਅਨ ਬਣੇ ਨਾ ਉਹ ਕਮਸ ਕਮ ਇੰਟਰਨੈਸ਼ਨਲ ਲੈਵਲ ਉੱਪਰ ਕਾਲਿਸ ਮੁਲਕ ਨਾ ਨਾ ਰੋਸ਼ਨ ਕਰਸਣ ਸਭ ਜਲਾਲੀ ਪਰਚਮ ਜਿਹੜਾ ਉਸ ਕੀ ਬੁਲੰਦ ਕਰਸਣ ਅਗਰ ਇਹਨਾਂ ਲੋਕਾਂ ਕੀ ਇਸ ਖੱਡੇ ਚ ਖੜੇ ਆ ਜੇਕਰ ਇਹਨਾਂ ਕੀ ਆਸੋਟਰਾਫ ਪਚਾ ਕੇ ਦੇ ਦਿੱਤੀ ਜਾਵੇ ਹਾਲੈਂਡ ਤੋਂ ਮੰਗਵਾ ਕੇ ਜਾਂ ਧੀਕਰ ਕਿਸੇ ਮੁਲਕ ਤੋਂ ਮੰਗਵਾ ਕੇ ਮੈਂ ਆਣਾ ਬੱਲੇ ਬੱਲੇ ਹੋ ਜਾਸੀ ਕੇ ਖਿਆਲ ਰਾਜਸਥਾਨੀ ਬੜੀ ਕੰਟਰੀਬਿਊਸ਼ਨ ਹੀ ਨੇ ਕੋਚਿੰਗ ਕੀਤੀ ਔਰ ਅਸਾਂ ਜਿਤਨੇ ਰਹੇ ਹਾਂ ਘਾਤ ਤਾਂ ਜੰਮਿਆ ਫਿਲਹਾਲ ਤਾਂ ਇਹ ਹਾਕੀ ਗਰਾਊਂਡ ਅਦਰ ਨਹੀਂchna ਬਸ ਲੋਕ ਜਨਾਦੇ ਪੜਨੇ ਠੀਕ ਹੈ ਇੱਕ ਗੌਰ ਗੱਲ ਵੀ ਹੈ ਕਿ ਇਨ ਸਿਆਸੀ ਜਲਸੇ ਵੀ ਇਸ ਅਗੜਾ ਚ ਹੋਨੇ ਔਰ ਵੀ ਸ਼ਰਮ ਨਹੀਂ ਇਰ ਗਿਰ ਦੇ ਜਿਹੜੇ ਸਕੂਲ ਏ ਪ੍ਰਾਈਵੇਟ ਸਾਰੇ ਉਹ ਜਿਹੜੇ ਐਨੂਅਲ ਫੰਕਸ਼ਨ ਹੋਣ ਉਹ ਇੱਥੇ ਹੀ ਹੋਨੇ ਠੀਕ ਹੈ ਲੰਬੇ ਸੜਕ ਆ ਤੇ ਅਗਰ ਮੈਨੇ ਜਿੱਦ ਦਫਾ ਹੀ ਤੋ ਫਿਰ ਇਸ ਗਰੋਣਾ ਨੇ ਕੰਮ ਨਹੀਂ ਪਿਉਣੇ ਨਾ ਮਤਲਬ ਸਾਰੀ ਦੁਨੀਆ ਨੇ ਫੰਕਸ਼ਨ ਅਗਰ ਇੱਥੇ ਹੀ ਹੋਣੇ ਤਾਂ ਫਿਰ ਹਰ ਬੰਦੇ ਨਾਲ ਲਗਾ ਲਗਾ ਰਹਿਵਾ ਤੇ ਅਸਾਂ ਤਾਰੂਫ ਅਦਰ ਸਾਹਿਬ ਕੀ ਰਿਕੁਐਸਟ ਕਰ ਰਹੇ ਆ ਕਿ ਜ਼ਰਾ ਇਸੇ ਇਲਾਕਾ ਆ ਔਰ ਕਾਫੀ ਗੱਲਾਂ ਹੋਈ ਚੁਕੀਆਂ ਤੇ ਥੋੜੀ ਜੀ ਤਵਜੋ ਦਿਓ ਤੇ ਆਕੀਰ ਅਸੇ ਕੌਮੀ ਖੇਲ ਆ ਅਸਾਂ ਵਰਲਡ ਚੈਂਪੀਅਨ ਵੀ ਰਹੇ ਆ ਦੁਨੀਆ ਸਾਡਾ ਨਾਮ ਵੀ ਰਿਆ ਠੀਕ ਹੈ ਹੁਣ ਹੀ ਅਸਾਂ ਚਾਰ ਵਾਰਲਡ ਕੱਪ ਜਿੱਤੇ ਆ ਔਰ ਅਸਾਂ ਅਧਰਾਨ ਸ਼ਾਹ ਜਗੇ ਆ 올ੰਪਿਕ ਇੰਜੀਨੀਅਰਾਂ ਤੋਂ ਬਹੁਤ ਚਾਰ ਦਫਾ ਨਾਜ਼ਰੀਨ ਅਸਾਂ ਵਰਲਡ ਕੱਪ ਜਿੱਤੇ ਆ ਤਰੇ ਦਫਾ ਅਸਾਂ 올ੰਪਿਕ ਖੇਡੇ ਆ ਉਸਨੇ ਬਾਵਜੂਦ ਅਸਾਂ ਉੱਥੇ ਹੀ ਰਹੀ ਗਿਆਂ ਸਮਝ ਨਹੀਂ ਆਈ ਅਸਾਂ ਕਿ ਅਸਾਂ ਥੇ ਕਿਥਾ ਆ ਮੀ ਤਾਂ ਲਗਣਾ ਚਾਹਨਾ ਬਰੀਆਂ ਕਿਦਰਾ ਕਿਉਂਕਿ ਜਿਹੜੀ ਇਸ ਇਲਾਕੇ ਨਹੀਂ ਹਾਲਤ ਦੀ ਇਸ ਗਰਾਊਂਡ ਦੀ ਹਾਲਤ ਦੀ ਨਿੱਕੀ ਜਿਹੀ ਬ੍ਰੇਕ ਇਨਸਾਨ ਮੁੜੀ ਅਸਾਂ ਵਾਲੇ ਨਾਲ ਰਿਹਾ ਬੈਕ ਨਾਜ਼ਰੀਨ ਬ੍ਰੇਕ ਤੋਂ ਜਾਣੇ ਤੋਂ ਪਹਿਲੇ ਮੈਂ ਤੁਸਾਂ ਕੀ ਦੱਸਣਾ ਪੈਸਾ ਕਿ ਚੰਗ ਸੈਦਾਂ ਦੇ ਅੰਦਰ ਮੈਂ ਹਾਕੀ ਗਰਾਊਂਡ ਦੇ ਅੰਦਰ ਮੌਜੂਦ ਹਾਂ ਹਾਕੀ ਗਰਾਊਂਡ ਤੇ ਇਸ ਕੀ ਨਹੀਂ ਆਖੀ ਸਕਣਿਆ ਲੇਕਿਨ ਇਹਨਾਂ ਬੱਚਿਆਂ ਨੇ ਜਜ਼ਬੇ ਕੀ ਸਲਾਮ ਆ ਜਿਹੜੇ ਇਸ ਹਾਕੀ ਗਰਾਊਂਡ ਦੇ ਅੰਦਰ ਪ੍ਰੈਕਟਿਸ ਵੀ ਕਰਨੇ ਔਰ ਫਿਰ ਤੱਕ ਉਹਨਾਂ ਫੁੱਲਾਂ ਦੀਆਂ ਪੱਤੀਆਂ ਮਤਲਬ ਅਸਾਂ ਕੀ ਇਹ ਉਹ ਵੀ ਕਰਨੇ ਹੀ ਲਗੇ ਬੱਚਿਆਂ ਨਾਲ ਬਾਰੀ ਬਾਰੀ ਮੁਲਾਕਾਤ ਵੀ ਕਰਸਾਂ ਜਿਨ੍ਹਾਂ ਨਾਲ ਤਾਰੂਫ ਵੀ ਕਰਸਾਂ ਇਹਨਾਂ ਤਕੱਲਫ ਜਾ ਵੀ ਕਰੀ ਸਟਿਆ ਔਰ ਇਹਨਾਂ ਨੇ ਫਰਮਾਇਸ਼ ਪਰ ਅਸਾਂ ਇੱਥੇ ਆਏ ਸਾਂ ਅਸਲਾਮ ਅਲੈਕੁਮ ਕੀ ਨਾਮ ਹੈ ਹਾਮੀਮ ਹਾਮੀਮ ਜੀ ਹਾਮੀਮ ਕਿੰਨੀ ਉਮਰ ਹੈ ਮੇਰੀ 14 14 سال کتنے عرصے سے آکی کی پریکٹس کر رہے ہو آکی تو دو تین مہینے ہو گئے اچھا کھیل لیتے ہو کیا کرنا چاہتے ہو بس آگے اگر کوئی چانس لگے آکی میں کیا بننے کا ایم ہے آکی میں سٹرائکر سٹرائکر بننا ہے جی اچھا مطلب ٹھیک تگڑے سٹرائکر ہو گئے آپ جی انشاءاللہ پکی بات ہے چلیں جی یہ میرے لیے ہے تینکیو جی یہ اینا بچیاں نہیں محبت جی اور ناظرین نے میں کی مالا بھائی سٹی علی میں اس قابل نہیں ہے لیکن اینا نہیں پیار آ ٹھیک ہے اور ایک اگلا نوجوان میرا سامنے کیا کیا نام نام ہے ہے کرنا چاہتے ہیں ویسے تو میں انجینئرنگ کر رہا ہوں یو ٹیکسلا سے تو ویسے یہ شوق کے لیے ہاکی کھیل لیتے ہیں کبھی کبھار ہاکی میں کل کیا کرنا چاہتے ہیں بس یہ ہے کہ آپ کی فٹنس ہو جاتی ہے ہاکی کے ساتھ بیکن میں چاہتا ہوں کہ آپ کو اسپورٹ کو آگے فروغ ملا ہمارا جو ہے یہ ہمارا قومی کھیل ہے تو ویسے کرکٹ وغیرہ کو اتنا ہمیں اس کو پروموٹ کیا تو ہم چاہتے ہیں کہ ہاکی کو بھی پروموٹ کیا جیسے ہمارا گولڈن دور تھا پہلے ہاکی کا تو اس کو ہم ریوائو کرنا چاہتے ہیں ہم چاہتے ہیں کہ ہم اپنے اس گولڈن دور میں واپس چلیں جی انشاءاللہ بس کوشش ہماری یہی ہے ہماری کوشش یہی ہے لیکن اس حوالے سے حکمرانوں کو جو ہے وہ غور کرنا ہوگا اس گراؤنڈ کی حالت کے بارے میں بھی ہاں قرآنوں کا تو یہی کام ہے کیونکہ ظہر سی بات ہے ہمارے ٹیکسیز پہ وہ چلتے ہیں اگر وہ ہمارا ہی خیال نہیں رکھیں گے تو پھر تو یہ ہمارے ساتھ میں ابھی تو ہاکی ہمارا قومی خیال ہے اس سے ہمیں فٹنس بھی ملتی ہے اس سے ہمیں فٹنس بھی ملتی ہے اور معاملات میرے ستیاں بڑی میرے والی راسری نال نالا اے مالا بھی بوانیا اے نانی مبادی ساملی والا علیہ السلام نمان علی میرا نام ہے نمان علی صاحب اے بھی آکینے پلیئر ہے جی ساملی فیضان ٹائم شارٹ ہے ناظرین جلدی جلدی گل کر سا فیضان فیضان کیا کرنا ہے حاکی میں انشاءاللہ نام کرنا ہے حاکی میں انشاءاللہ آؤنا بسم اللہ کر کیا نام ہے سید حسن امام گلانی ماشاءاللہ شاہ جی کیا کرنا چاہتے ہیں جی یہ ہمارے کوچ صاحب کی میرون منت ہے کہ ہم ہر روز یہاں پر آتے ہیں ہاکی کھیلتے ہیں ایک جذبے کے ساتھ جنون کے ساتھ اور ہمیں یقین ہے کہ کوچ صاحب کی جو ہے وہ رہنمائی میں ایک دن ہم انٹرنیشنل لیول پر بھی جائیں گے اور قوم کو ایک پیغام دیں گے کہ عام سے جو ہے علاقے سے بھی جو ہے انٹرنیشنل لیول کے کھلاڑی نکل سکتے ہیں اور یہ ان سارا جو اس کا ریوارڈ ہے وہ ہمارے کوچ صاحب کو جاتا ہے عام علاقے جو بھی یقین کھلاڑی نکل سکنے ناظرین بہت ڈونگی گل بچے کی تھی اور بڑی اچھی گال شاہراہ کی تھی اس کوئی شک نہیں ਟੈਲੈਂਟ ਜਿਹੜਾ ਹੈ ਉਹ ਕਿਸੇ ਵੀ ਲਾਗੇ ਚ ਉਪਰ ਕੇ ਸਾਹਮਣੇ ਆ ਸਕਣਾ ਲੇਕਿਨ ਟੈਲੈਂਟ ਕੀ ਨਿਖਾਰ ਕੇ ਜਿਸ ਬਾਹਰ ਕੱਢਣਾ ਹੋਣਾ ਨਾ ਉਹ ਕੋਚ ਹੋਣਾ ਤੇ ਰਾਜਾ ਔਰ ਬੜੇ ਅੱਛੇ ਕੋਚ ਏ ਦੱਸੇਗੇ ਇਹ ਹੁਣ ਕੋਈ ਬੱਚਾ ਜਦੋਂ ਇਸ ਲਾਗੇ ਚ ਨਿਕਲੀ ਅੱਗੇ ਜਾਸੀ ਫਿਰ ਮੈਂ ਇੱਕ ਵਾਰੀ ਰਾਜਾ ਜੀ ਨਾਲ ਇੰਟਰਵਿਊ ਕਰਸਾਂ ਸਾਹਮਣੇ ਵਾਲੇकुम सुलेमान ਅਰਸ਼ਦ ਨਾਮ ਹੈ ਮੇਰਾ ਮੈਂ ਹਾਕੀ ਵਿੱਚ ਆਪਣਾ ਨਾਮ ਪੈਦਾ ਕਰਨਾ ਚਾਹੁੰਦਾ ਕੋਚ ਸਾਹਿਬ ਦਾ ਨਾਮ ਮਸ਼ਹੂਰ ਕੋਚ ਸਾਹਿਬ ਕੀ ਛੋੜੋ ਆਪਣੀ ਗੱਲ ਬੋਲੋ ਆਪਣਾ ਵੀ ਨਾਮ ਉੱਚਾ ਕਰਨਾ ਚਾਹੁੰਦੇ ਨੈਸ਼ਨਲ ਲੈਵਲ ਤੱਕ ਇਨਸ਼ਾਅੱਲਾ ਨੈਸ਼ਨਲ ਲੈਵਲ ਦਾ ਪਾਕਿਸਤਾਨ ਨਾ ਨਾ قدیر آکی کی اکیڈمی کو سب سے پہلے خراج تحسین پیش کرتا ہوں سالونہ گری جڑے اتنے دور آئے ہیں تو اس ٹائم آپ کو بھی خراج تحسین اچھا قدیر آکی کی اکیڈمی کو خصوصاً خراج تحسین کہ اس ٹائم اگر آپ اس پورے اسلام آباد میں دیکھیں گے تو اس طرح کا گراؤنڈ آپ کو نہیں ملے گا یہ صرف قدیر صاحب کی محنت اور کوشش کے ساتھ اس ٹائم ہم سب لوگ یہاں پہ گٹھیں اور پاکستان کی قومی کھیل ہاکی کو جو ہے اس ٹائم اوپر لے کے جا رہے ہیں انٹرنیشنل لیول پہ انشاءاللہ قدیر صاحب کی محنت سے ہم ایک دن انٹرنیشنل ٹیم میں بھی کھیلیں گے قدیر ہاکی اکی اکیڈمی کا نام انٹرنیشنل ٹیم میں آپ کھیلیں گے اور کیٹو کی محنت سے بھی کھیلیں گے ابھی گراؤنڈ آپ کا بہتر ہوگا کیٹو کی محنت سے ہم اس گراؤنڈ کا بھی کام کریں گے اور زندہ بار اور قدیر صاحب کے لیے ایک نعرہ ہو جائے قدیر آکی اکیڈمی जिना जिना قدیر آکی اکیڈمی اور یہ آپ کے لیے ناظرین اتنا پاہر بھائی سٹے آنے نہ یقین منوں کہ میں مطلب چلو گرمی نہ موسم ہے لیکن نہیں محبت نہیں وجہ تو میں بھائی میں کی کوئی شوق نہیں اینا میں جس بندے کی مالا پہنیاں نا بعد اس کی جتیاں بھی پہنیاں ہیں بھی خیال کرے ہاں سام لے گا زکی دلزار زکی زکی کیا کرنا ہے میں شباہ سینئر جیسا اچھا کھلاڑی بننا جاتا ہے شباہ سینئر جیسا جلدی جلدی بہت ਟਾਈਮ ਨਹੀਂ ਆ ਅਸਲਾਮ ਵਾਲੇਕੁਮ ਕਾਸ਼ਿਫ ਹਸਨ ਕਾਸ਼ਿਫ ਜ਼ੋਰਦਾਰ ਕਲੈਪਿੰਗ ਕਰੇ ਸਾਹਿਬ ਜੀ ਲਈ ਕੇ ਟੂ ਟੀਵੀ ਕੇ ਲਈ ਅਸਲਾਮ ਵਾਲੇਕੁਮ ਕਿਆ ਨਾਮ ਹੈ ਭਾਈ ਰਾਜੂ 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 ਬਣ ਗਿਆ ਜੈਂਟਲਮੈਨ ਰਾਜੂ ਮਤਲਬ ਬਾਲ ਚਾਲ ਵੀ ਤੂੰ ਠੀਕ ਰੱਖੇ ਸ਼ਕੀਲ ਬਾਸੀ ਵੀ ਬੜੇ ਬੜੇ ਵਾਰ ਰੱਖੇ ਸੀ ਨਾ ਆਗੀ ਨਾ ਪਲੇਅਰ ਹੈ ਪਿੰਡੀ ਨਾ ਸ਼ਕੀਲ ਬਾਸੀ ਕੀ ਸਾਰੇ ਹੀ ਜਾਣਨੇ ਉਸ ਵੀ ਬੜਾ ਨਾਂ ਰੋਸ਼ਨ ਕੀਤਾ ਪਾਕਿਸਤਾਨ ਨਾਲ ਕੀ ਆਖਣਾ ਚਾਹੀਦਾ سر میں یہ کہنا چاہتا ہوں کہ میں نہ آکی ٹیم میں آ کے اپنا نام روشن کرنا چاہتا ہوں اور یہ قدیر ہاکی اکیڈمی کا بھی نام روشن کرنا چاہتا ہوں یہ مالا کہاں سے لائی ہے آپ نے یار بہت مہربانی ہے آپ کی آپ کی محبت ہے کیا نام ہے عبد السمد کیا کرنا ہے اوکے میں نام روشن کرنا روشن کرنا ہے اللہ کرے جی سمد اس ملکی اپنا نام روشن کرے دو تین بچے چھوٹے چھوٹے السلام علیکم کیا نام ہے فیضان عمران فیضان کیا کرنا چاہتے ہیں سب سے پہلے تو میں آپ لوگوں کا شکریہ ادا کروں گا سب سے پہلے ہمارا شکریہ کرنا کہ آپ لوگ یہاں آئے اور ہمیں سپورٹ کر رہے ہیں تاکہ ہمارا گراؤنڈ بھی بہتر ہو اس کے لیے آپ کا شکریہ ادا کروں گا ٹھیک ہے اور میں انٹرنیشنل لیول تک جانا چاہتا ہوں ہاکی میں انٹرنیشنل ہے نکے نکے بچے ناظرین نکیاں السلام علیکم اسلام علیکم یہ پھول او ماشاءاللہ ماشاءاللہ کیا بات ہے آپ کی کیا نام ہے چھوٹو شرحم اقبال او شرحم کیا کرنا ہے میں بڑے اور نام بڑا یونیک ہے شورحم مطلب ہے کہ میں پہلی دفعہ سینتی سالہ میں پہلی دفعہ پاکستان کا نام روشن کرنا چاہتا ہوں کیسے پاکستان کا نام روشن کرو گے

کرکٹ بھی کھیلنی ہے ہاکی بھی کھیلنی ہے ادھر کرکٹ بھی ناظرین کھیلنی ہے ہاکی بھی کھیلنی ہے چھوٹے چھوٹے بچے ہیں آج جی بالکل ناظرین میں آج موجود رہا جی اسلام آباد نے دہی علاقے چنگ سیدہ نے اندر ہو اور اتنے میں سو اس گراؤنڈ حالت نے والے آگاہ تھا ਬੱਚਿਆਂ ਨਾਲ ਤੁਸੀਂ ਮੀਟਿੰਗ ਮੁਲਾਕਾਤ ਕਰਾਈ ਇੰਤਜ਼ਾਮੀਆਂ ਨਾਲ ਤੁਸੀਂ ਮੀਟਿੰਗ ਮੁਲਾਕਾਤ ਕਰਾਈ ਔਰ ਨਾਜ਼ਰੀਨ ਨਾਲੇ ਵੀ ਦੱਸਾਂ ਕਿ ਇਹਨਾਂ ਨੇ ਫਰਮਾਇਸ਼ ਹੈ ਪਰ ਅਸੀਂ ਤਾਂ ਆਇਆ ਇਨਾ ਕਿਆ ਕਿ ਜੀ ਅਸਾਂ ਨੇ ਹਵਾਲੇ ਨਾਲ ਇਸ ਗਰਾਊਂਡ ਨੇ ਹਵਾਲੇ ਨਾਲ ਗੱਲ ਕਰੋ ਇਹਨਾਂ ਬੱਚਿਆਂ ਨੇ ਮਸਤਕਬਲ ਨੇ ਹਵਾਲੇ ਨਾਲ ਲਾ ਕੇ ਗੱਲ ਕਰੋ ਕਿਉਂਕਿ ਨਾਜ਼ਰੀਨ ਕੇ ਟੂ ਟੈਲੀਵਿਜ਼ਨ ਨਹੀਂ ਇਹ ਖਾਸਾ ਰਿਹਾ ਕਿ ਉਸ ਹਮੇਸ਼ਾ ਆਵਾਮ ਨੇ ਮਸਾਇਲ ਆਵਾਮ ਨੇ ਮਸਾਇਲਾਂ ਕੀ ਹਵਾਨੇ ਬਾਲਾ ਤੱਕ ਪਹੁੰਚਾਣੇ ਚ ਆਪਣਾ ਕਿਰਦਾਰ ਅਦਾ ਕੀਤਾ ਔਰ ਅੱਗੇ ਵੀ ਇਨਸ਼ਾ ਅੱਲਾਹ ਤਾਲਾ ਕਰਨੇ ਰਹਿਸਾਂ ਔਰ ਇਹਨਾਂ ਦੀ ਫਰਮਾਇਸ਼ ਪਰ ਅਸਾਂ ਇੱਥੇ ਆਏ ਸਾਂ ਔਰ ਇਸ ਤਮਾਮ ਬੱਚਿਆਂ ਨਾਲ ਵੀ ਤੁਸਾਂ ਨੇ ਮੁਲਾਕਾਤ ਕਰਾਈ ਇੰਤਜ਼ਾਮੀਆਂ ਨਾਲ ਮੁਲਾਕਾਤ ਕਰਾਈ ਇਸ ਗਰਾਊਂਡ ਦੀ ਹਾਲਤ ਤੁਸਾਂ ਤੱਕੀ ਕੀਤੀ ਤਾਰਕ ਫਜ਼ਲ ਚੌਧਰੀ ਸਾਹਿਬ ਇਸ ਤਰਫ ਤਵੱਜੋ ਦੇਣ ਚੇਅਰਮੈਨ ਸਪੈਸ਼ਲੀ ਚੇਅਰਮੈਨ ਸੀਡੀਏ ਮੁਹੰਮਦ ਅਲੀ ਰੰਧਾਵਾ ਸਾਹਿਬ ਬਹੁਤ ਐਕਟਿਵ ਹੈ بہت زیادہ ایکٹیو ہے اور بڑے کمیٹیڈ انسان ہیں اور بڑے ملنسار اور خوش اخلاق انسان ہیں انہوں تک بھی ایسا لازمی چیز پہنچا اس گراؤنڈ نہیں حالت اظہار کیونکہ سٹی ڈومین ہے اگر تھوڑا جہا اس پر خرچہ کیا ہے تو یہ گراؤنڈ مزید بہتر ہو سکنا اور اس گراؤنڈ نے اندر کھیڑنے لے بچے جس طرح اپنی خواہش نہ اظہار کرنے کوئی شباز سینئر بننا چاہنا ਤੇ ਕੋਈ ਜਿਹੜਾ ਆ ਉਹ ਸ਼ਕੀਲ ਬਣਨਾ ਚਾਹਣਾ ਕੋਈ ਜਿਹੜਾ ਉਹ ਕਹਿ ਬਣਨਾ ਚਾਹਣਾ ਹਰ ਬੰਦੇ ਦੀ ਇੱਕ ਆਪਣੀ ਖੁਆਇਸ਼ ਹੈ ਕਿ ਉਹ ਇਸ ਮੁਲਕ ਦੇ ਅੰਦਰ ਇਸ ਮੁਲਕ ਦਾ ਨਾਂ ਰੋਸ਼ਨ ਕਰਨੇ ਸ ਹੈ ਇਹ ਜਿਹੜਾ ਸਬਜ਼ ਹਲਾਲੀ ਪਰਚਮ ਤੁਸਾਂ ਕੀ ਨਜ਼ਰ ਆ ਰਿਹਾ ਨਾ ਇਹ ਸਬਜ਼ ਹਲਾਲੀ ਪਰਚਮ ਕੀ ਸਰਬਲੰਧੀ ਹਸਤਾ ਹੈ ਹਰ ਬੰਦਾ ਜਿਹੜਾ ਹੈ ਨਾ ਇਸ ਇਲਾਕੇ ਨਾਲ ਆਪਣਾ ਕੋਈ ਨਾ ਕੋਈ ਕਿਰਦਾਰ ਅਦਾ ਕਰਨਾ ਚਾਹਨਾ ਤੇ ਫਿਰ ਅਸਾਂ ਕੀ ਵੀ ਥੋੜਾ ਇਸ ਹਵਾਲੇ ਨਾਲ ਸੋਚਣਾ ਚਾਹੀਦਾ ਹੁਕਮਰਾਨਾਂ ਕੀ ਵੀ ਸੋਚਣਾ ਚਾਹੀਦਾ ਕਿ ਗਰਾਊਂਡ ਬਾਦ ਹੋਸਣ ਤੇ ਹਸਪਤਾਲ ਵਿਰਾਨ ਹੋਸਣ ਗਰਾਊਂਡ ਬਾਦ ਹੋਸਣ ਤੇ ਮਨਸ਼ਿਆਦ ਦੇ ਇਸੀ ਲਹਨਤ ਤੂੰ ਬੱਚੇ ਪਾਗ ਰਸਣ ਗਰਾਊਂਡ ਬਾਦ ਹੋਸਣ ਤੇ ਦੀਗਰ ਚੀਜ਼ਾਂ ਤੂੰ ਬੱਚੇ ਬਚਣ ਗਰਾਊਂਡ ਬਾਦ ਹੋਸਣ ਤੇ ਦੀਗਰ ਜਿਹੜੀ ਸੋਸਾਇਟੀ ਹੋ ਸੀ ਉਸ ਤੋਂ ਇਹ ਬੱਚੇ ਮਹਿਫੂਜ਼ ਰਸਣ ਗਲਤ ਸੋਸਾਇਟੀ ਨੇ ਹੱਥਾ ਨਹੀਂ ਜਾਣ ਲਗੇ ਚੋਰੀ ਚਿਗਾਰੀ ਏਲੇ ਪਾਸਾ ਨਹੀਂ ਜਾਣ ਲਗੇ ਡਕੇਤੀ ਏਲੇ ਪਾਸਾ ਨਹੀਂ ਜਾਣ ਲਗੇ ਪਰਸਣ ਖੇਡਸਣ ਉਚਸਣ ਕੁਦਰਸਣ ਤੇ ਫੇਰ ਇਸ ਮੁਲਕ ਨਾ ਆਖਰੀ ਚ ਨਾ ਰੋਸ਼ਨ ਕਰਸਣ ਤੇ ਇਨਸ਼ਾਅੱਲਾ ਅਗਲੇ ਪ੍ਰੋਗਰਾਮ ਵਿੱਚ ਕਿਸੇ ਨਵੇਂ ਟੌਪਿਕ ਨਾਲ ਤੁਹਾਨੂੰ ਖਿਦਮਤੀ ਚ ਹਾਜ਼ਰ ਹੋਸਾਂ ਅੱਜ ਆਪਣੇ ਮੇਜ਼ਬਾਨ ਆਸੀਮ ਰਿਆਜ਼ ਕੀ اسلامਬਾਦ ਨੇ ਲਾਕੇ ਚੰਗ ਸੀਧਾਂ ਤੁਹ ਦਿਓ ਇਜਾਜ਼ਤ ਇਹ ਤਮਾਮ ਲੋਕ ਮੇਰੇ ਨਾਲ ਮੌਜੂਦ ਨੇ ਨਾਰਾ ਮਾਰਸਾਂ ਮੈਂ ਜਵਾਬ ਦੇਸਣੇ ਇਸ ਪਰਚਮ ਕੇ ਸਾਹੇ ਤਲੇ ਅਮੇ ਕਾ ਪਾਕਿਸਤਾਨ ਜ਼ਿੰਦਾਬਾਦ